ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨਨਕ ਨਾਸ਼ਕ ਸ੍ਰੀ ਹਰ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਰ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸੇ ਚਰਨ ਪਰਤਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਔਰ ਮੈਂ ਮਿਲਤੇ ਸਭ ਲੋਕ ਬਖਾਨਤ ਬਾਵਰਾ ਹੋਏ ਗਯੋ ਸੁਧ ਨਾਹੀ ਥਲ ਗੋਰ ਮਰੀਨ ਮੈਂ ਬੈਸ ਰਹਿਓ ਕਦੋਂ ਭੂਤ ਬਰਿਓ ਤੇਹ ਕੇ ਘਟ ਮਾਹੀ ਔਰ ਮੈਂ ਮਿਲ ਕੇ ਸਭ ਲੋਕ ਬਖਾਨਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੀਨ ਦੁਨੀਆਂ ਦੇ ਵਾਲੀ ਚਬਰ ਛਤਰ ਤਖਤ ਦੇ ਮਾਲਕ ਮਿਹਰਾਂ ਦੇ ਸਾਈਂ ਕਰਣਾ ਨਿਧ ਗਿਆਨ ਸਾਗਰ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਆਪ ਵਡਭਾਗੀ ਜਿਨ੍ਹਾਂ ਨੇ ਸਰਵਣ ਕੀਤੇ ਸਵਾਸ ਸਫਲੇ ਕੀਤੇ ਹਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਰੋਜ਼ ਸਰਵਣ ਕਰਦੇ ਹੋ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨ ਦਿਨਾਂ ਬਾਅਦ ਪ੍ਰਗਟ ਹੋਏ ਨੇ ਬਹੁਤ ਖੁਸ਼ੀਆਂ ਹੋਈਆਂ ਸਾਰੇ ਸੁਲਤਾਨਪੁਰ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧੇ ਹੱਟ ਉੱਪਰ ਗਏ ਦਰਵਾਜ਼ੇ ਨੂੰ ਤਾਲਾ ਲੱਗਾ ਸੀ ਸਤਿਗੁਰੂ ਜੀ ਨੇ ਖੁਲਵਾ ਦਿੱਤਾ ਸਭ ਲੋਕਾਂ ਨੂੰ ਲੋੜਵੰਦਾਂ ਨੂੰ ਆਖਿਆ ਜੋ ਕਿਸੇ ਦਾ ਮਨ ਕਰਦਾ ਹੱਟ ਵਿੱਚੋਂ ਲੈ ਜਾਓ ਭਾਈ ਸਭ ਲੋਕ ਲਈ ਜਾ ਰਹੇ ਨੇ ਕੁਝ ਮਹਾਰਾਜ ਨੇ ਜਿਹੜਾ ਉਸ ਦਿਨ ਦਾ ਸਾਧ ਸੰਗਤ ਜੀ ਵੇਸ਼ ਹੈ ਉਸ ਦਿਨ ਤੋਂ ਫਕੀਰਾਂ ਵਾਲਾ ਲਿਬਾਸ ਧਾਰਨ ਕਰ ਲਿਆ ਬਹੁਤਾ ਕਿਸੇ ਨਾਲ ਬੋਲਚਾਲ ਵੀ ਨਹੀਂ ਰਹੇ ਜਾ ਕੇ ਕਿਸੇ ਨੇ ਨਵਾਬ ਦੌਲਤ ਖਾਂ ਨੂੰ ਦੱਸਿਆ ਵੀ ਮੋਦੀ ਤਾਂ ਗਿਆ ਆ ਭਾਈ ਤਿੰਨਾਂ ਦਿਨਾਂ ਬਾਅਦ ਪ੍ਰਗਟ ਹੋਇਆ ਖੁਸ਼ੀ ਉਹਨੂੰ ਬਹੁਤ ਹੋਈ ਆਪ ਚੱਲ ਕੇ ਆਇਆ ਲੋਕਾਂ ਨੂੰ ਦੁਕਾਨ ਉੱਤੋਂ ਵਰਜ ਦਿੱਤਾ ਜਿਹੜੇ ਆਪੇ ਹੀ ਲਈ ਜਾਂਦੇ ਸਨ ਸਮਾਨ ਮਹਾਰਾਜ ਜੀ ਚੁੱਪ ਕੀ ਕਰਕੇ ਖੜ੍ਹੇ ਰਹੇ ਨੇ ਸਤਿਗੁਰੂ ਜੀ ਦਾ ਇਹ ਵਿਹਾਰ ਦੇਖ ਕੇ ਹੈਰਾਨ ਵੀ ਹੋਇਆ ਔਰ ਦੁਖੀ ਵੀ ਹੋਇਆ ਵਾਪਸ ਸਤਸੰਗ ਜੀ ਚਲੇ ਗਿਆ ਸਤਿਗੁਰੂ ਜੀ ਹੱਟ ਤੋਂ ਚੱਲ ਕੇ ਕਬਰਸਤਾਨ ਵਿੱਚ ਪਹੁੰਚੇ
ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਕਬਰਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਏ, ਉਹਨਾਂ ਉਹਨਾਂ ਦੀ ਕਲਿਆਣ ਸੱਚੇ ਪਾਤਸ਼ਾਹ ਜੀ ਨੇ ਕੀਤੀ। ਇਕਾਂਤ ਵਿੱਚ ਜਾ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਲਤਾਨਪੁਰ ਵਿੱਚ ਕਰਨ ਲੱਗ ਪਏ। ਲੋਕ ਜਿਹੜੇ ਪ੍ਰੇਮੀ ਜਨ ਸਨ, ਉਹ ਮਹਾਰਾਜ ਜੀ ਦੀ ਇਹ ਲੀਲਾ ਦੇਖ ਕੇ ਵੀ ਭਰਮੇ ਨਹੀਂ। ਉਹਨਾਂ ਨੂੰ ਪਤਾ ਗੁਰੂ ਸਾਹਿਬ ਜੀ ਦਾ ਕੋਈ ਕੌਤਕ ਹੈ। ਦੂਸਰੇ ਪਾਸੇ ਜਿਹੜੇ ਨਿੰਦਕ ਨੇ, ਉਹਨਾਂ ਦਾ ਦਾਅ ਲੱਗ ਗਿਆ, ਉਹਨਾਂ ਨੂੰ ਬਹਾਨਾ ਮਿਲਿਆ। ਉਹ ਸੱਚੇ ਪਾਤਸ਼ਾਹ ਜੀ ਦੀ ਬਹਾਨੇ ਨਾਲ ਸਤਸੰਗ ਜੀ ਨਿੰਦਿਆ ਕਰ ਰਹੇ ਹਨ। ਇੱਥੋਂ ਤੱਕ ਕੱਲ੍ਹ ਆਪਾਂ ਪ੍ਰਸੰਗ ਵਿੱਚ ਆ ਰਿਹਾ ਸੀ। ਆਓ ਅੱਗੇ, ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਉਹਨਾਂ ਦਾ ਆਪਣਾ ਪਾਵਨ ਪਵਿੱਤਰ ਜੀਵਨ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਿਰ 'ਤੇ ਮਿਹਰ ਪਾਇਆ ਹੱਥ ਰੱਖ ਕੇ ਉਹ ਆਪਣੇ ਤੋਂ ਕਥਨ ਕਰਵਾ ਲੈਣ, ਸਰਵਣ ਕਰਵਾ ਲੈਣ। ਮਨ ਦੀ ਇਕਾਗਰਤਾ ਵਾਸਤੇ ਪ੍ਰੇਮ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਔਰ ਮੈਂ ਮਿਲ ਕੇ ਸਭ ਲੋਕ ਬਖਾਨਤ। ਸੁਲਤਾਨਪੁਰ ਨਗਰ ਵਿੱਚ ਲੋਕ ਇਕੱਠੇ ਹੋ ਕੇ ਗੱਲਾਂ ਕਰਦੇ ਨੇ। ਜਦੋਂ ਮਹਾਰਾਜ ਸੁੱਚੇ ਪਾਤਸ਼ਾਹ ਜੀ ਕਬਰਸਤਾਨ ਵਿੱਚ ਜਾ ਕੇ ਬੈਠ ਗਏ, ਤੇ ਲੋਕ ਜਿੱਥੇ ਚਾਰ ਸਰੀਰ ਜੁੜਦੇ ਨੇ ਇੱਦਾਂ ਗੱਲਾਂ ਕਰਦੇ ਹਨ। ਬਾਬਰਾ ਹੋਏ ਗਯੋ ਸੁੱਧ ਨਾਹੀਂ। ਬਾਬਰਾ ਕਮਲੇ ਨੂੰ ਕਹਿੰਦੇ, ਕਹਿੰਦੇ ਵੀ ਸੁੱਧ ਬੁੱਧ ਨਹੀਂ ਰਹਿ ਗਈ। ਕੋਈ ਕਹਿੰਦਾ ਇਹ ਕਮਲੇ ਹੋ ਗਏ ਹਨ। ਫਲ ਗੋਰ ਮਰੀਨ ਮੈਂ ਬੈਸ ਰਹੇ ਹੋ। ਕਹਿੰਦੇ ਕਬਰਸਤਾਨ ਵਿੱਚ ਜਾ ਕੇ ਜਿੱਥੇ ਮੜੀਆਂ ਸਨ, ਕਬਰਾਂ ਸਨ, ਉੱਥੇ ਜਾ ਕੇ ਬੈਠ ਗਏ ਹਨ। ਕਿਦੋਂ ਭੂਤ ਬਰਿਓ ਤੇ ਕੇ ਘਟ ਮਾਹੀ। ਕੋਈ ਕਹਿੰਦੇ ਨਹੀਂ ਨਹੀਂ ਕੁਝ ਨਹੀਂ ਹੋਇਆ, ਅਸਲ ਵਿੱਚ ਕੋਈ ਭੂਤ ਉਹਨਾਂ ਨੂੰ ਚੰਬੜ ਗਿਆ, ਤਾਂ ਹੀ ਕਬਰਸਤਾਨ ਵਿੱਚ ਬੈਠੇ ਨੇ, ਤਾਂ ਇਸੇ ਤਰ੍ਹਾਂ ਦਾ ਵਿਹਾਰ ਉਹਨਾਂ ਦਾ ਹੋ ਗਿਆ ਹੈ। ਧਨ ਭੂਰ ਗਵਾਏ ਪਯੋ ਇਹ ਭੇਖ। ਇਹ ਤਾਂ ਆਮ ਸਧਾਰਨ ਲੋਕ ਗੱਲਾਂ ਕਰਦੇ ਸਨ, ਪਰ ਜਿਹੜੇ ਨਿੰਦਕ ਲੋਕ ਨੇ ਉਹ ਕਹਿੰਦੇ ਨਹੀਂ ਨਹੀਂ ਇਹਨੂੰ ਕੋਈ ਭੂਤ ਨਹੀਂ ਚੰਬੜਿਆ, ਕੋਈ ਕਮਲਾ ਨਹੀਂ ਹੋਇਆ, ਇਹਨੇ ਅਸਲ ਵਿੱਚ ਧਨ ਲਟਾ ਦਿੱਤਾ, ਦੌਲਤ ਖਾਂ ਦਾ ਜ਼ਿਆਦਾ, ਦੋਨਾਂ ਹੱਥਾਂ ਨਾਲ ਪਹਿਲਾਂ ਵਰਤਾਈ ਜਾਂਦਾ ਸੀ ਤੇ ਹੁਣ ਅਸਲ ਵਿੱਚ ਉਹਦੇ ਤੋਂ ਬਚਣ ਵਾਸਤੇ ਇਹਨੇ ਇਸ ਤਰ੍ਹਾਂ ਕੀਤਾ ਹੈ। ਪਖੰਡ ਬਸ਼ੇਖ ਕਦੋਂ ਕੀਆ ਤਾਹੀਂ। ਕਹਿੰਦੇ ਤਾਂ ਕਰਕੇ ਪਖੰਡ ਕੀਤਾ, ਅਸਲ ਵਿੱਚ ਚਾਹੁੰਦਾ ਵੀ ਮੇਰੇ ਕੋਲੋਂ ਹੁਣ ਲੇਖਾ ਨਾ ਲਵੇ। ਕੋਈ ਸਮਝੇਗਾ ਵੀ ਭੂਤ ਪ੍ਰੇਤ ਚੰਬੜ ਗਿਆ, ਕੋਈ ਆਖੇਗਾ ਹੁਣ ਇਹਨਾਂ ਨੂੰ ਸੁੱਧ ਬੁੱਧ ਨਹੀਂ ਰਹਿ ਗਈ। ਨਿੰਦਕ ਕਹਿੰਦੇ ਅਸਲ ਵਿੱਚ ਇਹ ਪਖੰਡ ਕਰਦਾ ਪਿਆ, ਕੁਝ ਨਹੀਂ ਇਹਨੂੰ ਹੋਇਆ, ਪੈਸੇ ਜ਼ਿਆਦਾ ਲਟਾ ਦਿੱਤੇ ਨੇ, ਹੁਣ ਲੇਖਾ ਇਹਦੇ ਕੋਲ ਦਿੱਤਾ ਨਹੀਂ ਜਾਣਾ, ਇਸ ਕਰਕੇ ਇਹਨੇ ਬਹਾਨਾ ਲੱਭ ਲਿਆ ਹੈ। ਮਨ ਮਾਨਵ ਜਾਨਵ ਭੇਵ ਜੋ ਕੋ ਨਟ। ਕਹਿੰਦੇ ਜਿਹੜੇ ਕੁਝ ਚੰਗੇ ਸਨ ਗੁਰਮੁਖ, ਜਿਹਨਾਂ ਉੱਤੇ ਮਹਾਰਾਜ ਦੀ ਮਿਹਰ ਦੀ ਨਜ਼ਰ ਪਈ, ਜਿਹੜੇ ਸਤਸੰਗ ਜੀ ਸ੍ਰੇਸ਼ਟ ਹਿਰਦੇ ਵਾਲੇ ਸਨ, ਉਹ ਇੱਦਾਂ ਕਹਿੰਦੇ ਹਨ ਜੀ। ਸੇਵਕ ਜਿਉਂ ਭਿਖ ਨਾ ਭਰਮਾਹੀ। ਕਹਿੰਦੇ ਨੇ ਜਿਹੜੇ ਸੇਵਕ ਨੇ ਉਹ ਨਹੀਂ ਭਰਮਦੇ, ਉਹ ਇੱਦਾਂ ਕਹਿੰਦੇ, ਕਹਿੰਦੇ ਨਹੀਂ ਭਾਈ ਕੁਝ ਨਹੀਂ ਹੋਇਆ, ਐਵੇਂ ਨਿੰਦਕ ਲੋਕ ਗੱਲਾਂ ਕਰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੌਜ ਹੈ, ਪਤਾ ਲੱਗ ਜਾਏਗਾ ਵੀ ਕੀ ਕਾਰਨ ਹੈ। ਉਹ ਸਤਿਗੁਰੂ ਜੀ ਦੀ ਨਿੰਦਾ ਨਹੀਂ ਕਰਦੇ ਜਿਹੜੇ ਕੁਝ ਚੰਗੇ ਹਿਰਦੇ ਵਾਲੇ ਨੇ, ਪਰ ਨਿੰਦਕਾਂ ਨੂੰ ਬਹਾਨਾ ਮਿਲਿਆ, ਉਹ ਇੱਦਾਂ ਕਹਿੰਦੇ ਵੀ ਕੋਈ ਇਹਨੂੰ ਭੂਤ ਨਹੀਂ ਚੰਬੜਿਆ, ਕੋਈ ਇਹ ਕਮਲਾ ਨਹੀਂ ਹੋਇਆ, ਇਹ ਹੁਣ ਲੇਖਾ ਦੇਣ ਤੋਂ ਡਰਦਾ, ਇੱਦਾਂ ਬਹਾਨੇ ਕਰਦਾ ਹੈ। ਨਰ ਨਿੰਦਕ ਦੌਲਤ ਖਾਨ ਕੇ ਪਾਸ। ਕੋਈ ਜਿਹੜੇ ਨਿੰਦਕ ਲੋਕ ਸਨ ਉਹ ਚੱਲ ਕੇ ਦੌਲਤ ਖਾਂ ਦੇ ਕੋਲ ਗਏ ਜੀ। ਬਖਾਨਤ ਦੂਤੀ ਲਗੇ ਤੇ ਕੰਨ। ਇੱਦਾਂ ਜਾ ਕੇ ਉਹਨੂੰ ਆਖਣ ਲੱਗੇ, ਚੁਗਲੀ ਕਰਕੇ ਉਹਦੇ ਕੰਨ ਵਿੱਚ, ਮਤਲਬ ਉਹਦੇ ਕੰਨ ਭਰਨ ਲੱਗੇ ਮਹਾਰਾਜ ਜੀ ਦੇ ਖਿਲਾਫ਼। ਕੁਝ ਨਿੰਦਕਾਂ ਨੇ ਜਾ ਕੇ ਦੌਲਤ ਖਾਂ ਕੋਲ ਗੱਲ ਕੀਤੀ ਜੀ। ਕੰਨ ਖੋਏ ਦਇਓ ਸਹਿ ਚਿੰਤ ਪਇਓ। ਕਹਿੰਦੇ ਨੇ ਵੀ ਸਾਰਾ ਧਨ ਅਸਲ ਵਿੱਚ ਇਹਨੇ ਉਡਾ ਦਿੱਤਾ, ਲਟਾ ਦਿੱਤਾ, ਕਿੰਨਾ ਚਿਰ ਹੋ ਗਿਆ ਲੇਖਾ ਨਹੀਂ ਹੋਇਆ, ਤੇ ਹੁਣ ਇਹ ਜਾਣ ਕੇ ਇੱਦਾਂ ਕਰਦਾ ਹੈ। ਇਹ ਭੇਖ ਲਿਓ ਤਿੰਨ ਕੀਨ ਬਹਾਨਾ। ਕਹਿੰਦੇ ਬਹਾਨੇ ਮਾਰਦਾ, ਇਹ ਭੇਖ ਇਹਨੇ ਧਾਰਨ ਕਰ ਲਿਆ ਤੇ ਇਸ ਤਰ੍ਹਾਂ ਦਾ ਕਮਲਾ ਰਮਲਾ ਜਿਹਾ ਬਣ ਗਿਆ ਜਾਣ ਕੇ, ਕਿਉਂਕਿ ਪੈਸੇ ਬਹੁਤੇ ਤੇਰੇ ਬਰਬਾਦ ਕਰ ਦਿੱਤੇ ਹਨ। ਉਮਰੋ ਔਰ ਮੈਂ ਡਰ ਕੋ ਧਾਰ ਕੇ। ਅਸਲ ਵਿੱਚ ਨਵਾਬ ਨੂੰ ਕਹਿੰਦੇ ਤੇਰੇ ਡਰ ਕਰਕੇ ਹੀ ਇਹਨੇ ਸਾਰਾ ਕੁਝ ਕੀਤਾ, ਇਹ ਜਾਣ ਕੇ ਇਹਨੇ ਰਚਨਾ ਤੇਰੇ ਡਰ ਕਰਕੇ ਰਚੀ ਹੈ। ਘਰ ਬਾਰ ਕਿਸ਼ੋਰ ਗਯੋ ਉਹਦੇ ਅੰਨ। ਕਹਿੰਦੇ ਘਰ ਬਾਰ ਛੱਡ ਕੇ ਤੇ ਕਬਰਸਤਾਨ ਵਿੱਚ ਉਜਾੜ ਵਿੱਚ ਬੀਆਬਾਨ ਵਿੱਚ ਤਾਂ ਹੀ ਜਾ ਬੈਠਾ ਤੇਰੇ ਤੋਂ ਡਰਦਾ ਹੋਇਆ। ਅਬ ਲੇਖਾ ਜੈ ਰਾਮ ਕੇ ਪਾਸ ਤੇ ਲਹੋ। ਉਹ ਨਿੰਦਕਾਂ ਨੇ ਨਾਲ ਇੱਕ ਉਹਨੂੰ ਸਤਸੰਗ ਜੀ ਹੱਲ ਵੀ ਦੱਸ ਦਿੱਤਾ ਨਵਾਬ ਦੌਲਤ ਖਾਂ ਨੂੰ, ਕਹਿੰਦੇ ਨੇ ਇਹਨੇ ਤਾਂ ਬਹਾਨਾ ਬਣਾ ਲਿਆ, ਤੇਰੇ ਤੋਂ ਡਰਦਾ ਜਾ ਕੇ ਕਬਰਸਤਾਨ ਚ ਬਹਿ ਗਿਆ, ਤੇ ਤੂੰ ਜੈ ਰਾਮ ਨੂੰ ਸੱਦ ਖਾਂ, ਜਿਹੜਾ ਜਾਮਣ ਸੀ ਇਸ ਸਾਰੇ ਕਾਸੇ ਦੇ ਵਿੱਚ, ਤੇ ਲੇਖਾ ਜੈ ਰਾਮ ਨੂੰ ਆਪਣੇ ਸਾਹਮਣੇ ਬਿਠਾ ਕੇ ਲੈ ਹੁਣ ਉਹਦੇ ਕੋਲੋਂ। ਆਹੇ ਵੱਧ ਘਾਟ ਕੋ ਸੋ ਜਮਾਨਾ। ਕਹਿੰਦੇ ਜਾਮਣ ਤਾਂ ਉਹੀ ਸੀ ਨਾ ਸਾਰੇ ਵਾਧੇ ਘਾਟੇ ਦਾ, ਕੋਈ ਨੀ ਜੀ ਉਹ ਕਬਰਸਤਾਨ ਚ ਚਲੇ ਗਿਆ ਜੋ ਕਿਸੇ ਨਾਲ ਨਹੀਂ ਬੋਲਦਾ ਚੱਲਦਾ, ਤੇ ਉਹਦੇ ਭਾਈ ਜੈ ਰਾਮ ਨੂੰ ਸੱਦੋ ਤੇ ਉਹਦੇ ਕੋਲੋਂ ਲੇਖਾ ਲਓ ਤੁਸੀਂ। ਏਦਾਂ ਨਵਾਬ ਨੂੰ ਜਾ ਕੇ ਕੁਝ ਚੁਗਲਾਂ ਨੇ ਆਖਿਆ ਜੀ। ਦੋਹਰਾ
ਸੁਣ ਕਰ ਦੂਤੀ ਨਿਰਪਤ ਤਬ ਕਹਿੰਦੇ ਸੁਣ ਕੇ ਲੋਕਾਂ ਦੀਆਂ ਗੱਲਾਂ ਦੌਲਤ ਖਾਂ ਨਵਾਬ ਭਰਮਿਓ ਭੇਜਿਓ ਦਾਸ ਕਹਿੰਦੇ ਭਰਮ ਗਿਆ ਉਹਦਾ ਮਨ ਤੇ ਇੱਕ ਸੇਵਕ ਭਾਈ ਜੈ ਰਾਮ ਦੇ ਘਰੇ ਭੇਜ ਦਿੱਤਾ ਨਵਾਬ ਨੇ ਪੂਰਨ ਆਨ ਬੁਲਾਏ ਕਹਿ ਕਹਿਣ ਲੱਗਾ ਛੇਤੀ ਜਾ ਉਹ ਸੱਦ ਕੇ ਲੈ ਕੇ ਉਹਨੂੰ ਜੈ ਰਾਮ ਨੂੰ ਦੈ ਲੇਖਾ ਮਾਮਰਾਸ ਸਾਰਾ ਲੇਖਾ ਮੇਰਾ ਆਣ ਕੇ ਦੇਵੇ ਉਹਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਉਹ ਇੱਥੇ ਹਵੇਲੀ ਵਿੱਚ ਉਹਨੂੰ ਆਖਿਓ ਲੇਖੇ ਦੀ ਗੱਲ ਕਰਨੀ ਤੈਨੂੰ ਦੌਲਤ ਖਾਂ ਨੇ ਸੱਦਿਆ ਏਦਾਂ ਕਹਿ ਕੇ ਸੇਵਕ ਇੱਕ ਭੇਜ ਦਿੱਤਾ ਜੀ ਸਵਾਈਆ ਆ ਲੈ ਤੇ ਤਤਕਾਲ ਜੈ ਰਾਮ ਕਹਿੰਦੇ ਸੇਵਕ ਨੇ ਜਾ ਕੇ ਭਾਈ ਜੈ ਰਾਮ ਜੀ ਨੇ ਸੁਨੇਹਾ ਦਿੱਤਾ ਉਹਦੇ ਘਰੇ ਜੀ ਬੁਲਾਏ ਕੇ ਬੋਲਤ ਦੌਲਤ ਖਾਨ ਜਾ ਕੇ ਆਖਿਆ ਤੈਨੂੰ ਦੌਲਤ ਖਾਂ ਨਵਾਬ ਸਾਦਾ ਪਿਆ ਤੇ ਚਲੋ ਬੁਲਾਇਆ ਉਸਨੇ ਸਾਲ ਕੋ ਲੇਖਾ ਵਿਸਾਲ ਲਖੋ ਅਬ ਕਹਿੰਦੇ ਇੱਕ ਸਾਲ ਹੋ ਗਿਆ ਲੇਖਾ ਹੋਏ ਨੂੰ ਤੇ ਲੇਖਾ ਹੋ ਗਿਆ ਬਹੁਤ ਜ਼ਿਆਦਾ ਤੇ ਮੋਦੀ ਤਾਂ ਜਾ ਵੜਿਆ ਹੁਣ ਕਬਰਸਤਾਨ ਵਿੱਚ ਇਸ ਕਰਕੇ ਤੇਰੇ ਨਾਲ ਸਾਰੀ ਗੱਲਬਾਤ ਕਰਨੀ ਪਵੇਗੀ ਦੇਵ ਜਾਂ ਵਿਦ ਸੋ ਮਨ ਮਨ ਹੁਣ ਸਾਹਮਣੇ ਬੁਲਾ ਕੇ ਸਾਹਿਬ ਸੰਗਤ ਜੀ ਕਹਿਣ ਲੱਗਾ ਦੌਲਤ ਖਾਂ ਨਵਾਬ ਭਾਈ ਜੈ ਰਾਮ ਜੀ ਨੂੰ ਭਾਈ ਗੱਲਬਾਤ ਕਿਉਂਕਿ ਮੋਦੀ ਤੂੰ ਰਖਵਾਇਆ ਸੀ ਮੇਰੇ ਕੋਲੇ ਤੇਰੀ ਜਾਮਨੀ ਹੈ ਇੱਕ ਸਾਲ ਹੋ ਗਿਆ ਲੇਖਾ ਕਰਨ ਵਾਲਾ ਹੁਣ ਲੇਖਾ ਕਰਨ ਦੀ ਬਜਾਏ ਆਣ ਕੇ ਸਾਰਾ ਸਮਾਨ ਲੋਕਾਂ ਨੂੰ ਚੁਕਾ ਦਿੱਤਾ ਉਸਨੇ ਗੱਲਬਾਤ ਕਿਸੇ ਨਾਲ ਕਰਦਾ ਨਹੀਂ ਹੈਗਾ ਆਪ ਕਬਰਸਤਾਨ ਵਿੱਚ ਜਾ ਬੈਠਾ ਇਹਨਾਂ ਲੰਮਾ ਲੇਖਾ ਹੁਣ ਤੈਨੂੰ ਕਰਨਾ ਪੈਣਾ ਤੇ ਮੇਰਾ ਸਾਰਾ ਲੇਖਾ ਜੋਖਾ ਨਿਬੇੜ ਤੂੰ ਏਦਾਂ ਦੌਲਤ ਖਾਂ ਨੇ ਆਖਿਆ ਜੀ ਬਾਕੀ ਜਿਤੀ ਨਿਕਸੇ ਹਮਰੀ ਸਭ ਸੋ ਜਿੰਨਾ ਮੇਰਾ ਵਾਧਾ ਨਿਕਲੇਗਾ ਨਾ ਤੁਹਾਡੇ ਵੱਲੇ ਉਹ ਸਾਰਾ ਤੋ ਟਿਗਲੇ ਮੈਂ ਜਾਣ ਨਾ ਸ਼ਾਨਾ ਉਹ ਕਹਿਣ ਲੱਗੇ ਗੱਲ ਛੁਪੀ ਨਹੀਂ ਸ਼ਾਨਾ ਹੁੰਦਾ ਛੁਪੀ ਕਹਿੰਦੇ ਗੱਲ ਛੁਪੀ ਨਹੀਂ ਪ੍ਰਗਟ ਹੈ ਵੀ ਤੇਰੇ ਕੋਲੋਂ ਮੈਂ ਲੇਖਾ ਪੂਰਾ ਕਰਨਾ ਇੱਕ ਸਾਲ ਹੋ ਗਿਆ ਜਿੰਨੇ ਮੇਰੇ ਪੈਸੇ ਵਧਣਗੇ ਇੱਥੇ ਹੁਣ ਆ ਤੂੰ ਲੇਖਾ ਦੇ ਤੇ ਜਿਹੜਾ ਮੇਰਾ ਵਾਧਾ ਹੋਇਆ ਤੇਰੇ ਕੋਲੋਂ ਪੂਰਾ ਕਰਕੇ ਫਿਰ ਤੈਨੂੰ ਉੱਠਣ ਦੇਵਾਂਗਾ ਘਾਟ ਵਿਦੋਂ ਘਾਟ ਕਿਦੋਂ ਵਧਾਟ ਬਟੋਰ ਘਾਟਾ ਹੋਵੇ ਵਾਧਾ ਹੋਵੇ ਤੇਰੇ ਕੋਲੋਂ ਮੈਂ ਬਟੋਰਾਂਗਾ ਸਾਰਾ ਕੁਝ ਇੱਥੇ ਪੂਰਾ ਕਰਾਂਗਾ ਤੇਰੇ ਕੋਲੋਂ ਡਾਂਟ ਕਹੇ ਬਚਨ ਰਾਟ ਆਇਆਨ ਰਾਟ ਰਾਜੇ ਨੂੰ ਕਹਿੰਦੇ ਕਹਿੰਦੇ ਦੌਲਤ ਖਾਂ ਨੇ ਡਾਂਟ ਕੇ ਗੁੱਸੇ ਚ ਆ ਗਿਆ ਸਤਸੰਗ ਜੀ ਹੁਣ ਇਸ ਵੇਲੇ ਕਿਉਂਕਿ ਉਹਨੇ ਸੋਚਿਆ ਮੇਰੀ ਹੇਠੀ ਕੀਤੀ ਮੈਂ ਗਿਆ ਤੇ ਮੇਰੇ ਨਾਲ ਮੋਦੀ ਬੋਲਿਆ ਨੀ ਚੁੱਪ ਕਰਕੇ ਕਬਰਸਤਾਨ ਨੂੰ ਚਲੇ ਗਿਆ ਹੁਣ ਗੁੱਸੇ ਵਿੱਚ ਆਇਆ ਭਾਈ ਜੈ ਰਾਮ ਜੀ ਨੂੰ ਝਿੜਕਦਾ ਕਹਿੰਦਾ ਵੱਧ ਹੋਵੇ ਘੱਟ ਹੋਵੇ ਤੇਰੇ ਕੋਲੋਂ ਮੈਂ ਪੈਸੇ ਪੂਰੇ ਕਰਨੇ ਮੇਰਾ ਲੇਖਾ ਦੇ ਹੁਣੇ ਦੋਹਰਾ ਤਾਪਿਓ ਲੋਹ ਬ੍ਰਿਣ ਪਾਖ ਪਰ ਕਹਿੰਦੇ ਜਿਵੇਂ ਤੱਤਾ ਹੋਇਆ ਲੋਹਾ ਅੱਗ ਨਾਲ ਗਰਮ ਹੋਇਆ ਲੋਹਾ ਕਿਸੇ ਦੇ ਪੱਕੇ ਫੋੜੇ ਉੱਤੇ ਕੋਈ ਲਾ ਦੇਵੇ ਨਾ ਤੇ ਜਿੰਨਾ ਦੁੱਖ ਲੱਗਦਾ ਉਸ ਵੇਲੇ ਲਗ ਸੰਕਟ ਅਧਕਾਏ ਜਿੰਨਾ ਸੰਕਟ ਉਸ ਬੰਦੇ ਨੂੰ ਚੱਲਣਾ ਪੈਂਦਾ ਜਿਹਦੇ ਪੱਕੇ ਹੋਏ ਫੋੜੇ ਤੇ ਗਰਮ ਗਰਮ ਲੋਹਾ ਲਗਾ ਦੇਵੇ ਕੋਈ ਤੱਤਾ ਕਰਕੇ ਕਿਉਂ ਸੁਣ ਬਚਨ ਨਰੇਸ਼ ਕੇ ਦੌਲਤ ਖਾਂ ਦੀਆਂ ਇਹ ਗੱਲਾਂ ਸੁਣ ਕੇ ਉੱਠਿਓ ਰਿਹਾ ਅਕੁਲਾਏ ਭਾਈ ਜੈ ਰਾਮ ਨੂੰ ਇੰਨਾ ਦੁੱਖ ਲੱਗਾ ਜਿਵੇਂ ਕਿਸੇ ਦੇ ਪੱਕੇ ਫੋੜੇ ਤੇ ਕੋਈ ਗਰਮ ਲੋਹਾ ਲਗਾ ਦੇਵੇ ਤੇ ਉਹਨੂੰ ਦੁੱਖ ਲੱਗਦਾ ਦੌਲਤ ਖਾਂ ਦੀ ਇਸ ਤਰ੍ਹਾਂ ਗੁੱਸੇ ਵਾਲੀ ਗੱਲ ਸੁਣ ਕੇ ਭਾਈ ਜੈ ਰਾਮ ਜੀ ਏਦਾਂ ਅਕਲਾਏ ਉਸ ਵੇਲੇ ਆਪਣੇ ਹਿਰਦੇ ਵਿੱਚ ਚਿੰਤਾ ਨਦੀ ਪ੍ਰਵਾਹ ਮੈਂ ਗੱਲ ਸੁਣਦਿਆਂ ਸੁਣਦਿਆਂ ਚਿੰਤਾ ਦੀ ਨਦੀ ਵਿੱਚ ਰੋੜੇ ਪੈ ਗਿਆ ਉਹਨਾਂ ਦਾ ਮਨ ਜੀ ਵਹਿਓ ਅਲੰਬ ਨਾ ਪਾਏ ਕੋਈ ਆਸਰਾ ਨਹੀਂ ਸੀ ਇਸ ਵੇਲੇ ਹੈਗਾ ਅਲੰਬ ਹੁੰਦਾ ਆਸਰਾ ਕਹਿੰਦੇ ਚਿੰਤਾ ਦੀ ਨਦੀ ਚ ਮਨ ਉਹਨਾਂ ਦਾ ਰੋੜੇ ਪੈ ਗਿਆ ਆਸਰਾ ਕੋਈ ਦਿਖਾਈ ਨਹੀਂ ਦਿੰਦਾ ਕਿਉਂਕਿ ਦੌਲਤ ਖਾਂ ਗੁੱਸੇ ਚ ਆ ਗਿਆ ਤੇ ਕਹਿੰਦਾ ਲੇਖਾ ਵੀ ਅੱਜ ਹੀ ਕਰਨਾ ਤੇ ਲੈਣਾ ਵੀ ਅੱਜ ਹੀ ਆ ਤੇਰੇ ਕੋਲੋਂ ਹੋਏ ਅਧੀਰ ਵਿਚਾਰਈ ਕਹਿੰਦੇ ਨੇ ਹੁਣ ਧੀਰਜ ਛੱਡਦਾ ਜਾਂਦਾ ਉਹਨਾਂ ਦਾ ਮਨ ਪਰ ਫਿਰ ਵੀ ਖੜਿਆ ਖੜਿਆ ਨੇ ਦੌਲਤ ਖਾਂ ਦੇ ਸਾਹਮਣੇ ਖੜੇ ਖੜੇ ਭਾਈ ਜੈ ਰਾਮ ਜੀ ਨੇ ਮਨ ਚ ਵਿਚਾਰ ਕੀਤੀ ਜੀ ਐਸ ਕਹੂੰ ਅਲਾਏ ਕਹਿੰਦੇ ਕੀ ਆਖਾਂ ਇਹਨੂੰ ਹੁਣ ਭਾਈ ਅਲਾਏ ਹੁੰਦਾ ਬੋਲਣਾ ਹੁਣ ਕੀ ਬੋਲਾਂ ਮੈਂ ਕੀ ਜਵਾਬ ਦੇਵਾਂ ਇਹਨੂੰ ਇਹ ਤਾਂ ਨਾਰਾਜ਼ ਹੋਇਆ ਬੈਠਾ ਹੈ ਸ੍ਰੀ ਨਾਨਕ ਤੱਕ ਆਸਰਾ ਸਭ ਵਿਚਾਰ ਕਰਕੇ ਨਾ ਮਿੰਟਾਂ ਦੇ ਵਿੱਚ ਹੀ ਤੇ ਇੱਕ ਉਹਨਾਂ ਦੇ ਮਨ ਚ ਸਤਸੰਗ ਜੀ ਫਿਰ ਉਹਨਾਂ ਫੈਸਲਾ ਕੀਤਾ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਾ ਕੇ ਬੇਨਤੀ ਕਰਾਂ ਉਹਨਾਂ ਤੋਂ ਬਿਨਾਂ ਹੁਣ ਮੇਰਾ ਆਸਰਾ ਤੇ ਕੋਈ ਹੈਗਾ ਨਹੀਂ ਹੈ ਪਤ ਰੱਖੇ ਮਮ ਸੋਏ ਹੁਣ ਉਹਨਾਂ ਦੇ ਮਨ ਚ ਵਿਚਾਰ ਆਏ ਵੀ ਮੇਰੀ ਪੱਤ ਤਾਂ ਉਹ ਹੀ ਰੱਖਣਗੇ ਅੱਗੇ ਵੀ ਇੰਨੀ ਵਾਰ ਲਾਜਪਤ ਉਹਨਾਂ ਹੀ ਰੱਖੀ ਹੈ ਵਾਧਾ ਉਹਨਾਂ ਦਾ ਹੀ ਨਿਕਲਦਾ ਰਿਹਾ ਤੇ ਹੁਣ ਵੀ ਮੇਰੇ ਕੋਲ ਹੋਰ ਕੋਈ ਚਾਰਾ ਹੈ ਨਹੀਂ ਮਹਾਰਾਜ ਅੱਗੇ ਹੀ ਬੇਨਤੀ ਕਰਦਾ ਜਾ ਕੇ ਬੋਲਿਓ ਤਬ ਹੈ ਨਰੇਸ਼ ਸੋ ਇਹ ਮਨ ਚ ਵਿਚਾਰ ਕਰਕੇ ਨਾ ਜਦੋਂ ਦੌਲਤ ਖਾਂ ਕਹਿ ਕੇ ਗੱਲਾਂ ਹਟ ਗਿਆ ਤੇ ਭਾਈ ਜੈ ਰਾਮ ਜੀ ਨੇ ਖੜਿਆ ਖੜਿਆ ਮਨ ਚ ਵਿਚਾਰ ਕੀਤੇ ਏਦਾਂ ਆਖਣ ਲੱਗੇ ਦੌਲਤ ਖਾਂ ਨੂੰ ਸ਼ਰਨ ਸੁਖਦ ਕੀ ਹੋਏ ਕਹਿੰਦੇ ਹੁਣ ਮਹਾਰਾਜ ਜੀ ਦੀ ਸ਼ਰਨ ਜਿਹੜੀ ਸੁਖ ਦੇਣ ਵਾਲੀ ਸੀ ਮਨ ਵਿੱਚ ਉਸ ਸ਼ਰਨ ਦਾ ਆਸਰਾ ਤੱਕ ਕੇ ਦੌਲਤ ਖਾਂ ਨੂੰ ਭਾਈ ਜੈ ਰਾਮ ਜੀ ਨੇ ਏਦਾਂ ਆਖਿਆ ਜੀ ਸਵਾਈਆ ਇੱਕ ਵਾਰ ਮੈਂ ਨਾਨਕੇ ਟਿਕ ਜਾਏ ਕੇ ਕੀ ਆਖਿਆ
ਕਹਿਣ ਲੱਗੇ ਵੀ ਇੱਕ ਵਾਰ ਮੈਨੂੰ ਇੰਨਾ ਕੁ ਸਮਾਂ ਦੇ ਦਿਓ ਵੀ ਮੈਂ ਜਾ ਕੇ ਤੁਹਾਡੇ ਮੋਦੀ ਨਾਲ ਗੱਲ ਕਰ ਲਾਂ, ਮੈਂ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਇੱਕ ਵਾਰ ਜਾ ਕੇ ਆਪ ਉਹਨਾਂ ਨਾਲ ਗੱਲ ਕਰ ਲਵਾਂ, ਸਿਰਫ ਇੰਨਾ ਸਮਾਂ ਮੈਨੂੰ ਕੁਝ ਕੁ ਮਿੰਟਾਂ ਦਾ ਚਾਹੀਦਾ ਹੈ, ਜੇ ਤੁਸੀਂ ਦਿਓ ਤਾਂ ਆਏ ਕਿ ਦਿਓ ਹਿਸਾਬ ਤੁਹਾਰਾ, ਬਸ ਇੱਕ ਵਾਰ ਮੈਂ ਉਹਨਾਂ ਨੂੰ ਮਿਲਾਵਾਂ, ਜਾ ਕੇ ਗੱਲ ਕਰਾਵਾਂ ਤੇ ਆਣ ਕੇ ਮੈਂ ਦੇਣਾ ਤੁਹਾਡਾ ਹਿਸਾਬ ਕਿਤਾਬ ਸਾਰਾ, ਕਿਉਂਕਿ ਮਨ ਚ ਮਨ ਹੀ ਮਨ ਅਰਦਾਸ ਕੀਤੀ ਸੀ ਹੁਣ ਲਾਜ ਤਾਂ ਮਹਾਰਾਜ ਹੀ ਰੱਖਣਗੇ, ਕਿਉਂਕਿ ਇਹ ਤਾਂ ਨਾਰਾਜ਼ ਹੋ ਗਿਆ ਤੇ ਲੇਖਾ ਵੀ ਕਹਿੰਦਾ ਅੱਜ ਹੀ ਲੈਣਾ, ਕਰਨਾ ਵੀ ਸਾਰਾ ਅੱਜ ਹੀ ਹੈ। ਇਹ ਸੋਚ ਕੇ ਫਿਰ ਭਾਈਆ ਜੈ ਰਾਮ ਜੀ ਨੇ ਆਖਿਆ ਇੱਕ ਵਾਰ ਮੈਨੂੰ ਮਿਲਾਉਣ ਦਿਓ ਜੀ ਉਹਨਾਂ ਨੂੰ ਤੇ ਮੈਂ ਆਣ ਕੇ ਤੁਹਾਨੂੰ ਲੇਖਾ ਦਿੰਦਾ ਹਾਂ। ਔਰ ਵਿੱਚ ਵਿਚਾਰਤ ਆਰਤ ਧਾਰਤ, ਕਹਿੰਦੇ ਨੇ ਇਸ ਤਰ੍ਹਾਂ ਦੁਖੀ ਹੋਏ ਮਨ ਨਾਲ ਮਨ ਵਿੱਚ ਵਿਚਾਰ ਕਰਕੇ ਦੌਲਤ ਖਾਨ ਨੂੰ ਆਖਿਆ ਜੀ ਬਾਹਰ ਤਾਂ ਦੇਸ਼ ਪੰਥ ਪਧਾਰ। ਦੌਲਤ ਖਾਨ ਨੇ ਆਖਿਆ ਠੀਕ ਹੈ, ਇੰਨਾ ਕੁ ਸਮਾਂ ਮੈਂ ਦਿੰਦਾ, ਜਾ ਕੇ ਇੱਕ ਵਾਰੀ ਗੱਲ ਕਰਨੀ ਤੇ ਕਰ ਲਓ, ਬਸ ਇੰਨਾ ਮੌਕਾ ਮਿਲਿਆ ਤੇ ਭਾਈਆ ਜੈ ਰਾਮ ਜੀ ਉਸੇ ਵੇਲੇ ਕਬਰਸਤਾਨ ਵੱਲ ਨੂੰ ਤੁਰ ਪਏ ਜੀ। ਬਹੁ ਗੋਵਰਨ ਮੈਂ ਇਵਰਾਜਿਤ ਹੈ ਸ਼ਿਵ, ਕਹਿੰਦੇ ਨੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਬਰਸਤਾਨ ਚ ਬੈਠੇ ਸਨ, ਕਬਰਾਂ ਦੇ ਇੱਕ ਪਾਸੇ ਗੋਰ ਕਬਰਾਂ ਨੂੰ ਕਹਿੰਦੇ, ਕਹਿੰਦੇ ਕਬਰਸਤਾਨ ਚ ਮਹਾਰਾਜ ਏਦਾਂ ਬੈਠੇ ਸਨ। ਮੱਧ ਮਸਾਨ ਮਨੋ ਹਿਤ ਧਾਰ, ਕਹਿੰਦੇ ਸ਼ਿਵ ਮੱਧ ਮਸਾਨ ਮਨੋ ਹਿਤ ਧਾਰਾ, ਜਿੱਦਾਂ ਸ਼ਿਵ ਕਬਰਸਤਾਨ ਵਿੱਚ ਸ਼ਿਵ ਜੀ ਸਮਾਧੀ ਲਾ ਕੇ ਬੈਠਾ ਹੋਵੇ ਨਾ, ਏਦਾਂ ਸੱਚੇ ਪਾਤਸ਼ਾਹ ਜੀ ਬੈਠੇ ਸਨ, ਇੱਕ ਪ੍ਰਮਾਣ ਹੈ ਜੀ। ਕਿਤ ਕੰਪਤ ਬੰਦਤ ਹੱਥ ਦੋ, ਕਹਿੰਦੇ ਨੇ ਕੰਬਦੇ ਹੱਥਾਂ ਨਾਲ ਤੇ ਕੰਬਦੇ ਚਿੱਤ ਨਾਲ ਜਾ ਕੇ ਮਹਾਰਾਜ ਜੀ ਦੇ ਸਾਹਮਣੇ ਬੈਠ ਕੇ ਭਾਈਆ ਜੈ ਰਾਮ ਜੀ ਨੇ ਏਦਾਂ ਗੱਲ ਸ਼ੁਰੂ ਕੀਤੀ ਜੀ। ਕਰ ਬੰਧਨ ਬਹਿਨ ਜੈ ਰਾਮ ਉਚਾਰ, ਦੋਵੇਂ ਹੱਥ ਜੋੜ ਕੇ ਪਹਿਲਾਂ ਮਹਾਰਾਜ ਨੂੰ ਨਮਸਕਾਰ ਕੀਤੀ, ਜਾ ਕੇ ਫਿਰ ਉਹਨਾਂ ਦੇ ਸਾਹਮਣੇ ਬਹਿ ਕੇ ਕੰਬਦੇ ਹਿਰਦੇ ਨਾਲ ਕੰਬਦੇ ਹੱਥਾਂ ਨਾਲ ਹੱਥ ਜੋੜ ਕੇ ਮਹਾਰਾਜ ਜੀ ਨੂੰ ਏਦਾਂ ਕਹਿਣ ਲੱਗੇ, ਰੂਪ ਰਸਾਲ ਦਇਆਲ ਸੁਣੋ, ਕਹਿਣ ਲੱਗੇ ਹੇ ਸੁੰਦਰ ਸਰੂਪ ਵਾਲੇ ਰਸਾਂ ਦੇ ਘਰ ਗਰੀਬਾਂ ਤੇ ਦਇਆ ਕਰਨ ਵਾਲੇ ਮਹਾਰਾਜ ਮੇਰੀ ਬੇਨਤੀ ਸੁਣੋ। ਇੱਕ ਸਾਲ ਕੁਲੇਖਾ ਵਿਸਾਲ ਬਖਾਨ, ਕਹਿਣ ਲੱਗੇ ਵੀ ਤੁਸੀਂ ਕਬਰਸਤਾਨ ਚ ਆਣ ਕੇ ਬੈਠ ਗਏ ਜੇ ਤੇ ਇੱਕ ਸਾਲ ਦਾ ਲੇਖਾ ਬਾਕੀ ਬਚਦਾ ਹੈ ਉਹਦਾ ਦੌਲਤ ਖਾਨ ਦਾ। ਮੋਹੇ ਬੁਲਾਏ ਅਲਾਏ ਸੁਣਾਏ ਜਿਉ, ਤੇ ਉਹਨੇ ਮੈਨੂੰ ਬੁਲਾਇਆ ਸੀ ਅੱਜ ਤੇ ਉਹਨੇ ਮੈਨੂੰ ਸੁਣਾ ਕੇ ਇਹ ਗੱਲ ਆਖ ਦਿੱਤੀ ਹੈ ਦੌਲਤ ਖਾਨ ਨੇ। ਆਏ ਸਭ ਪਾਏ ਆਇਓ ਇਸ ਥਾਨ, ਸੋ ਕਹਿੰਦਾ ਵੀ ਅੱਜ ਹੀ ਤੇਰੇ ਕੋਲੋਂ ਮੈਂ ਲੇਖਾ ਪੂਰਾ ਕਰਨਾ ਤੇ ਤੁਸੀਂ ਤੇ ਮਹਾਰਾਜ ਇੱਥੇ ਬੈਠ ਗਏ ਜੇ ਇੱਕ ਸਾਲ ਦਾ ਲੇਖਾ ਮੈਂ ਕੀ ਕਰਾਂਗਾ ਮੈਨੂੰ ਦੱਸੋ। ਜਿਉਂ ਸੁਣ ਕਾਨ ਉੱਠੇ ਗਤ ਦਾਨ, ਇਹ ਗੱਲ ਸੁਣ ਕੇ ਨਾ ਆਪਣੇ ਕੰਨਾਂ ਵਿੱਚ ਭਾਈ ਜੈ ਰਾਮ ਜੀ ਦੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਪਏ, ਚੌਂਕੜਾ ਖੋਲਿਆ ਤੇ ਉੱਠ ਕੇ ਖੜੇ ਹੋ ਗਏ ਸੱਚੇ ਪਾਤਸ਼ਾਹ। ਕਿਸੂਨ ਹੈ ਕਾਨ ਸੁਜਾਨ ਨਿਧਾਨ, ਕਹਿੰਦੇ ਜਿਨ੍ਹਾਂ ਨੂੰ ਕਿਸੇ ਦੀ ਕਾਨ ਕਨਾਉਣ ਨਹੀਂ ਸੀ, ਜਿਹੜੇ ਆਪ ਦਾਤਾ ਸਰੂਪ ਨੇ, ਆਪਣੇ ਭਾਈਆ ਜੀ ਦੀ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਉੱਠੇ ਤੇ ਤੁਰ ਪਏ ਉਹਨਾਂ ਦੇ ਨਾਲ ਜੀ। ਸੰਦ ਹੈ ਮੰਦ ਭਲੀ ਗਤ ਸੁੰਦਰ, ਕਹਿੰਦੇ ਹੌਲੀ ਹੌਲੀ ਸੁੰਦਰ ਚਾਲ ਨਾਲ ਚੱਲਦੇ ਚੱਲਦੇ ਆਪਣੇ ਭਾਈਆ ਜੀ ਨਾਲ ਦੌਲਤ ਖਾਨ ਦੀ ਹਵੇਲੀ ਵੱਲ ਨੂੰ ਸੱਚੇ ਪਾਤਸ਼ਾਹ ਜੀ ਤੁਰ ਪਏ ਹਨ। ਆਨੰਦ ਕੰਦ ਮੁਕੰਦ ਪਿਆਨ, ਕਹਿੰਦੇ ਜਿਹੜੇ ਆਨੰਦ ਦਾ ਮੁੱਢ ਨੇ, ਮੁਕਤੀ ਦਾਤੇ ਨੇ, ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਫਿਰ ਦੌਲਤ ਖਾਨ ਨਾਲ ਲੇਖੇ ਦੀ ਗੱਲ ਕਰਨ ਚੱਲੇ ਹਨ। ਸੰਗ ਜੈ ਰਾਮ ਹੈ ਜਾਵਤ ਰਾਜਤ, ਕਹਿੰਦੇ ਹੁਣ ਭਾਈਆ ਜੈ ਰਾਮ ਜੀ ਨੂੰ ਹੌਸਲਾ ਹੋ ਗਿਆ, ਜਦੋਂ ਮਹਾਰਾਜ ਉੱਠ ਕੇ ਤੁਰ ਪਏ ਤੇ ਰਾਜਤ ਹੁੰਦਾ ਬੜੇ ਫੱਬ ਦੇ ਚੰਗੇ ਤਰੀਕੇ ਨਾਲ ਤੁਰੇ ਜਾਣਾ, ਹੁਣ ਭਾਈਆ ਜੈ ਰਾਮ ਜੀ ਖੁਸ਼ ਖੁਸ਼ ਤੁਰ ਪਏ ਹਨ ਉਧਰ ਨੂੰ ਜੀ। ਰੂਪ ਪਰਾਤਮ ਆਤਮ ਜੈਸੇ, ਕਹਿੰਦੇ ਨੇ ਆਉਂ ਸਮਝ ਲਓ ਵੀ ਜਿਵੇਂ ਪ੍ਰਮਾਤਮਾ ਤੇ ਜੀਵ ਦੋ ਜਾਣੇ ਤੁਰੇ ਜਾਂਦੇ ਹੋਣ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਤੇ ਭਾਈਆ ਜੈ ਰਾਮ ਤੁਰੇ ਜਾਂਦੇ ਨੇ, ਰੂਪ ਪਰਮਾਤਮ ਇੱਕ ਬੰਨੇ, ਪਰਮਾਤਮਾ ਤੇ ਇੱਕ ਬੰਨੇ ਸਾਧ ਸੰਗਤ ਜੀ, ਸਮਝ ਲਓ ਵੀ ਸੰਸਾਰੀ ਜੀਵ ਉਹਨਾਂ ਦੇ ਬਹੁਤ ਸਤਿਕਾਰਯੋਗ ਨੇ, ਉਹ ਮਹਾਰਾਜ ਜੀ ਦੇ ਵਾਸਤੇ ਵੀ ਕਿਉਂਕਿ ਬੇਬੇ ਨਾਨਕੀ ਜੀ ਦੇ ਸਤਿਕਾਰਯੋਗ ਪਤੀ ਨੇ, ਪਰ ਅਵਸਥਾ ਕਰਕੇ ਇੱਕ ਪਰਮਾਤਮਾ ਤੁਰਿਆ ਜਾਂਦਾ, ਇੱਕ ਸਮਝ ਲਓ ਤੁਸੀਂ ਜੀਵ ਤੁਰਿਆ ਜਾਂਦਾ ਜੀ। ਵੇਦ ਨਕੇਤ ਸੋ ਲੇਖੇ ਕਹੇਤ, ਬੇਦੀਆਂ ਦੇ ਨਿਸ਼ਾਨ ਸਰੂਪ ਸੱਚੇ ਪਾਤਸ਼ਾਹ ਲੇਖੇ ਵਾਸਤੇ ਤੁਰੇ ਜਾਂਦੇ ਹਨ। ਗਏ ਜਬ ਖਾਨ ਨਕੇਤ ਮੈਂ ਪੈਸੇ, ਕਹਿੰਦੇ ਜਦੋਂ ਉਹਦੀ ਹਵੇਲੀ ਵਿੱਚ ਪ੍ਰਵੇਸ਼ ਕੀਤਾ ਜਿੱਥੇ ਦੌਲਤ ਖਾਂ ਬੈਠਾ ਉਡੀਕ ਰਿਹਾ ਸੀ ਜੀ। ਲੀਨੋ ਨਵੀਂ ਸਿੰਧ ਸੰਗ ਮੁਕੰਦ, ਜਾਂਦਿਆਂ ਨੂੰ ਨਵੀਂ ਸਿੰਧ ਹੁੰਦਾ ਸਾਧ ਸੰਗਤ ਜੀ ਮੁਨਸ਼ੀ, ਜਾਂਦਿਆਂ ਨੂੰ ਦੌਲਤ ਖਾਂ ਨੇ ਮੁਨਸ਼ੀ ਸਾਰੇ ਵਹੀ ਖਾਤੇ ਲੈ ਕੇ ਪਹਿਲਾਂ ਹੀ ਬਿਠਾਇਆ ਹੋਇਆ ਸੀ, ਕਿਉਂਕਿ ਭਾਈਆ ਜੀ ਕਹਿ ਕੇ ਆਏ ਸਨ ਵੀ ਬਸ ਇੱਕ ਵਾਰ ਮੈਨੂੰ ਜਾਣ ਦਿਓ ਤੇ ਆ ਕੇ ਲੇਖਾ ਦੇਣਾ। ਇੰਨੇ ਚਿਰ ਚ ਉਹ ਜਾ ਕੇ ਮਹਾਰਾਜ ਨੂੰ ਲੈ ਕੇ ਆਏ, ਇਧਰੋਂ ਨਵਾਬ ਨੇ ਆਪਣਾ ਮੁਨਸ਼ੀ ਬਿਠਾਇਆ ਸੀ ਜੀ। ਆਨੰਦ ਦੇ ਭਰ ਮੰਦਰ ਜੈਸੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਦੇ ਸਰੂਪ ਗਏ ਦੌਲਤ ਖਾਂ ਦੇ ਕੋਲ, ਜਾ ਕੇ ਖੜ ਗਏ ਤੇ ਉਹਨੂੰ ਇਸ਼ਾਰਾ ਕੀਤਾ ਆਪਣਾ ਮੁਨਸ਼ੀ ਨੂੰ, ਇੱਕ ਇਕਾਂਤ ਵਿੱਚ ਕਮਰੇ ਵਿੱਚ ਮੁਨਸ਼ੀ ਤੁਰ ਪਿਆ ਤੇ ਮਹਾਰਾਜ ਉਹਦੇ ਪਿੱਛੇ ਤੁਰ ਪਏ ਲੇਖਾ ਕਰਨ ਵਾਸਤੇ।
ਕਿਨੋ ਹੈ ਲੇਖ ਅਲੇਖ ਜੋ ਕਹਿੰਦੇ ਲੋਕਾਂ ਦੇ ਲੇਖੇ ਮੇਟਣ ਵਾਲੇ ਅਲੇਖ ਸਤਿਗੁਰੂ ਜੀ ਹੁਣ ਸਾਧ ਸੰਗਤ ਜੀ ਦੁਨਿਆਵੀ ਲੇਖਾ ਕਰਨ ਵਾਸਤੇ ਬੈਠ ਗਏ ਹਨ। ਪਤ ਲੇਖਾ ਕੋ ਲੇਖਾ ਘਟੋ ਕਹੋ ਕੈਸੇ ਪਤ ਲੇਖਾ ਕੋ ਲੇਖਾ ਘਟੋ ਕਹੋ ਕੈਸੇ ਜਿਹੜਾ ਸਾਰੇ ਲੇਖਿਆਂ ਦਾ ਪਤੀ ਹੈ ਜਿਹੜਾ ਤਿੰਨਾਂ ਲੋਕਾਂ ਦਾ ਮਾਲਕ ਹੈ ਉਹ ਜਦੋਂ ਲੇਖਾ ਕਰਨ ਵਾਸਤੇ ਬੈਠਾ ਤੇ ਲੇਖੇ ਚ ਘਾਟਾ ਕਿੱਦਾਂ ਪੈ ਸਕਦਾ ਦੱਸੋ ਜੀ। ਬਹਿ ਗਏ ਮਹਾਰਾਜ ਉਸ ਮੁਨਸ਼ੀ ਦੇ ਨਾਲ ਜਾਦੂ ਰਾਏ ਦੇ ਨਾਲ ਜੀ। ਇੱਕ ਸਾਲ ਕੋ ਲੇਖਾ ਵਿਸਾਲ ਹੋਤੋ ਕਰ ਕਹਿੰਦੇ ਬਹੁਤ ਵੱਡਾ ਲੇਖਾ ਸੀ ਇੱਕ ਸਾਲ ਹੋ ਗਿਆ ਸੀ ਸਾਰਾ ਲੇਖਾ ਜੋਖਾ ਕੀਤੇ ਨੂੰ ਲੇ ਵਹੀ ਕਿਆ ਯੋਰ ਮਹਾਨ ਕਹਿੰਦੇ ਵਹੀਆਂ ਲੈ ਕੇ ਤੇ ਉਹਨੇ ਜਾਦੂ ਰਾਈ ਨੇ ਸਾਰਾ ਜੋੜ ਤੋੜ ਕੀਤਾ ਵੱਡਾ ਜੋੜ ਸੀ ਇੱਕ ਸਾਲ ਦਾ ਸਾਰਾ ਕੁਝ ਕੀਤਾ ਜੀ। ਆਮਦ ਆਓ ਖਰਚੀ ਕੋ ਸ਼ੁਮਾਰ ਕਹਿੰਦੇ ਆਮਦਨ ਇੱਕ ਪਾਸੇ ਲਿਖ ਲਈ ਖਰਚਾ ਇੱਕ ਪਾਸੇ ਲਿਖ ਲਿਆ ਸ਼ੁਮਾਰ ਹੁੰਦੀ ਗਿਣਤੀ ਸਾਰੀ ਗਿਣਤੀ ਮਿਣਤੀ ਕਰ ਲਈ ਜੀ। ਕੀਨ ਪਲੇ ਗਿਣਤੀ ਬਿਦਨਾਨ ਕਹਿੰਦੇ ਬਹੁਤ ਚੰਗੇ ਤਰੀਕੇ ਨਾਲ ਦੋ ਤਿੰਨ ਵਾਰੀ ਸਾਰੀ ਗਿਣਤੀ ਮਿਣਤੀ ਕਰ ਲਈ ਸਾਰਾ ਲੇਖਾ ਕਰ ਲਿਆ ਜੀ। ਕਾਗਜ਼ ਲੈ ਕਰ ਬ੍ਰਿੰਦ ਲਿਖੇ ਕਹਿੰਦੇ ਕਾਗਜ਼ ਕਿੰਨੇ ਹੀ ਭਰ ਗਏ ਨੇ ਲੇਖੇ ਦੇ ਮੁਨਸ਼ੀ ਲਿਖੀ ਜਾਂਦਾ ਸਾਰੀ ਆਮਦਨੀ ਇੱਕ ਪਾਸੇ ਖਰਚਾ ਇੱਕ ਪਾਸੇ। ਨਵੀ ਸਿੰਧ ਕੀ ਬੁੱਧ ਥਕੀ ਬਿਸਮਾਨ ਕਹਿੰਦੇ ਨੇ ਉਹਦੀ ਮੁਨਸ਼ੀ ਦੀ ਸਾਧ ਸੰਗਤ ਜੀ ਬੋਧੀ ਥੱਕ ਗਈ ਲੇਖਾ ਕਰਦੇ ਕਰਦੇ ਦੇ ਕਿਉਂ ਜਦੋਂ ਅਖੀਰ ਤੇ ਲੇਖਾ ਪਹੁੰਚਿਆ ਏਦਾਂ ਹੋਇਆ ਜੀ। ਦੀਨ ਦਇਆਲ ਰਹੇ ਪੁਨ ਵਾਧੇ ਮੈਂ ਸੱਚੇ ਪਾਤਸ਼ਾਹ ਜੀ ਦਾ ਵਾਧਾ ਨਿਕਲ ਆਇਆ ਫੇਰ ਇਹਨਾਂ ਮਹਾਰਾਜ ਗਰੀਬਾਂ ਨੂੰ ਵੰਡਿਆ ਇੱਕ ਸਾਲ ਦਾ ਲੇਖਾ ਸੀ ਅਖੀਰ ਉਹਦੀ ਬੋਧੀ ਹੈਰਾਨ ਹੋ ਗਈ ਮੁਨਸ਼ੀ ਦੀ ਜਦੋਂ ਵੇਖਿਆ ਵਾਧਾ ਫਿਰ ਮਹਾਰਾਜ ਜੀ ਦਾ ਨਿਕਲ ਆਇਆ। ਸ੍ਰੀ ਗੁਰ ਅੰਗਦ ਜੀ ਸੁਣ ਕੰਨ ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੁਣੋ ਪ੍ਰੇਮ ਨਾਲ ਜਿਵੇਂ ਉੱਥੇ ਲੇਖਾ ਹੋਇਆ ਤੇ ਵਾਧਾ ਸੱਚੇ ਪਾਤਸ਼ਾਹ ਜੀ ਦਾ ਨਿਕਲਿਆ ਜੀ। ਸਾਤ ਸੈ ਸਾਠ ਨਕਾਸੇ ਹੈ ਸ਼ੇਖ ਕਹਿੰਦੇ 700 60 ਰੁਪਈਏ ਸੱਚੇ ਪਾਤਸ਼ਾਹ ਜੀ ਦੇ ਬਚ ਗਏ ਨਵਾਬ ਵੱਲੇ ਜੀ। ਸੋਹਣੀ ਨਿਜ ਸ਼ਰੋਨ ਮੈਂ ਦੌਲਤ ਖਾਨ ਕਹਿੰਦੇ ਨੇ ਜਦੋਂ ਮੁਨਸ਼ੀ ਨੇ ਆਣ ਕੇ ਦੱਸਿਆ ਦੌਲਤ ਖਾਨ ਨੂੰ ਭਈ ਨਵਾਬ ਜੀ ਉਹ ਲੇਖਾ ਤਾਂ 760 ਰੁਪਈਏ ਤੁਸਾਂ ਦੇਣੇ ਉਹਦੇ ਬਚ ਗਏ ਨੇ ਤੁਹਾਡੇ ਵੱਲ ਜਦੋਂ ਏਦਾਂ ਗੱਲ ਕਰਨ ਨਾਲ ਸੁਣੀ ਦੌਲਤ ਖਾਨ ਨੇ ਉਹ ਤਾਂ ਭਇਓ ਬਿਸਮਾਦਰ ਦੇ ਕਹਿੰਦੇ ਹੈਰਾਨ ਹੀ ਹੋ ਗਿਆ ਦੌਲਤ ਖਾਨ ਇਹ ਗੱਲ ਸੁਣ ਕੇ ਤਾਂ। ਅਹਿਲਾਦ ਜੈ ਰਾਮ ਨਾ ਜਾਏ ਬਖਾਨਾ ਕਹਿੰਦੇ ਅਹਿਲਾਦ ਹੁੰਦਾ ਆਨੰਦ ਅਹਿਲਾਦ ਜੈ ਰਾਮ ਨਾ ਜਾਏ ਬਖਾਨਾ ਭਾਈਆ ਜੈ ਰਾਮ ਜੀ ਨੂੰ ਜਿਹੜਾ ਉਸ ਵੇਲੇ ਆਨੰਦ ਆਇਆ ਸੁਣ ਕੇ ਕਿਉਂਕਿ ਉਹ ਵੀ ਦੌਲਤ ਖਾਨ ਦੇ ਕੋਲੇ ਬੈਠੇ ਸਨ ਇਧਰ ਵੱਖਰੇ ਕਮਰੇ ਚ ਲੇਖਾ ਹੋ ਰਿਹਾ ਸੀ ਜਦੋਂ ਮੁਨਸ਼ੀ ਨੇ ਆਣ ਕੇ ਦੱਸਿਆ ਵੀ ਨਵਾਬ ਸਾਹਿਬ 760 ਰੁਪਈਏ ਤੁਹਾਡੇ ਮੋਦੀ ਦੇ ਬਣ ਗਏ ਤੁਸਾਂ ਦੇਣੇ ਨੇ ਉਹਦੇ ਜਿਹੜਾ ਆਨੰਦ ਉਸ ਵੇਲੇ ਭਾਈਆ ਜੈ ਰਾਮ ਜੀ ਨੂੰ ਸੁਣ ਕੇ ਆਇਆ ਕਹਿੰਦੇ ਗੁਰਮੁਖੋ ਅੱਖਰਾਂ ਨਾਲ ਨੀ ਦੱਸਿਆ ਜਾ ਸਕਦਾ ਉਹ। ਮੰਦਮਤੀ ਮਨ ਨਿੰਦਕ ਲੱਜਤ ਕਹਿੰਦੇ ਮੰਦੀ ਮਤ ਵਾਲੇ ਜਿਹੜੇ ਨਿੰਦਕ ਸਨ ਨਾ ਆਣ ਕੇ ਚੁਗਲੀ ਕੀਤੀ ਸੀ ਜਿਹਨਾਂ ਨੇ ਇੰਨੇ ਸ਼ਰਮਿੰਦੇ ਹੋਏ ਇਹ ਗੱਲ ਸੁਣ ਕੇ। ਬਿੰਦਤ ਭੇਦ ਨਾ ਮੂੜ ਅਜਾਨਾ ਕਹਿੰਦੇ ਮੂਰਖਾਂ ਨੂੰ ਅਣਜਾਣਿਆਂ ਨੂੰ ਅਜੇ ਤੱਕ ਵੀ ਸੱਚੇ ਪਾਤਸ਼ਾਹ ਜੀ ਦਾ ਭੇਦ ਨੀ ਆਇਆ ਵੀ ਜਿੰਨੀ ਵਾਰ ਲਿਖਾ ਹੋਇਆ ਮਹਾਰਾਜ ਦਾ ਵਾਧਾ ਹੀ ਵਧਿਆ ਤੇ ਫਿਰ ਨਿੰਦਾ ਕਾਹਦੀ ਪਰ ਫਿਰ ਵੀ ਨਿੰਦਿਆ ਦਾ ਕੈਸਾ ਭੈੜਾ ਰੋਗ ਹੁੰਦਾ ਕਈਆਂ ਲੋਕਾਂ ਮਹਾਰਾਜ ਕਹਿੰਦੇ ਨਿੰਦਕ ਦਾ ਦਾਰੂ ਨਾ ਹੈ ਉਹ ਹਰ ਬਿਮਾਰੀ ਦਾ ਇਲਾਜ ਹੁੰਦਾ ਨਿੰਦਕ ਦਾ ਕੋਈ ਇਲਾਜ ਨਹੀਂ ਹੁੰਦਾ ਜਿਹਨੂੰ ਰੋਗ ਚੰਬੜ ਜਾਵੇ ਉਹਦੀ ਮਾਤੀ ਮਾਰੀ ਜਾਂਦੀ ਹੁੰਦੀ ਫਿਰ ਪਰ ਮਹਾਰਾਜ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਾ ਹੀ ਫਿਰ ਮਹਾਰਾਜ ਦੇ ਬੋ ਕਹਿੰਦੇ ਅਣਹੁੰਦਾ ਭਾਰ ਨਿੰਦਕ ਸਿਰ ਧਰਾ ਲੋਕਾਂ ਦੇ ਪਾਪਾਂ ਦੀਆਂ ਪੰਡਾਂ ਨਿੰਦਕ ਆਪ ਹੀ ਆਪਣੇ ਸਿਰ ਤੇ ਚੱਕੀ ਫਿਰਦਾ ਤੇ ਮਤ ਤਾਂ ਮਾਰੀ ਜਾਣੀ ਸੀ ਨਾ ਫਿਰ ਬੜੇ ਸ਼ਰਮਿੰਦੇ ਹੋਏ ਸਾਰੇ ਨਿੰਦਕ। ਕੀਰਤ ਪਾਵਸ ਸੋ ਜਵਾਸ ਸੇ ਕਹਿੰਦੇ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਮੀਂਹ ਵਰਗੀ ਹੈ ਬੱਦਲ ਤੋਂ ਡਿੱਗਣ ਵਾਲੇ ਪਾਣੀ ਵਰਗੀ ਤੇ ਨਿੰਦਕਾਂ ਦੀ ਗਤੀ ਹੈਗੀ ਜਵਾਹੇ ਵਰਗੀ ਸਾਰੀ ਬਨਸਪਤੀ ਮੀਂਹ ਪਿਆ ਹਰੀ ਹੁੰਦੀ ਪਰ ਜਵਾਹਾਂ ਇੱਕ ਐਸੀ ਸਾਧ ਸੰਗਤ ਜੀ ਬੂਟੀ ਹੈ ਮੀਂਹ ਪਿਆ ਸੜ ਜਾਂਦੀ ਜਿਹੜੀ ਕਹਿੰਦੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਮੀਂਹ ਵਰਗੀ ਤੇ ਉਹਨਾਂ ਦੇ ਹਿਰਦੇ ਜਵਾਹੇ ਵਰਗੇ ਕੀਰਤੀ ਸੁਣ ਕੇ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਸੜ ਮਾਰੀ ਗਏ ਉਹ ਤਾਂ। ਜਾਉਣ ਸੀ ਹੈ ਚੱਕਵਾਕ ਸਮਾਨ ਕਹਿੰਦੇ ਜਾਉਣ ਹੁੰਦੀ ਚੰਦਰਮਾ ਦੀ ਚਾਨਣੀ ਐਵੇਂ ਸਮਝ ਲਓ ਫਿਰ ਜਾਂ ਜਿਵੇਂ ਮਹਾਰਾਜ ਦੀ ਵਡਿਆਈ ਚੰਦਰਮਾ ਦੀ ਚਾਨਣੀ ਵਰਗੀ ਹੈ ਤੇ ਉਹ ਸਾਧ ਸੰਗਤ ਜੀ ਚੱਕਵੇ ਵਰਗੇ ਨੇ ਚੱਕਵੇ ਨੂੰ ਚੰਦਰਮਾ ਕਦੇ ਚੰਗਾ ਨਹੀਂ ਲੱਗਦਾ ਚੱਕਵੀ ਚੱਕਵੇ ਨੂੰ ਸਿਰਫ ਸੂਰਜ ਪਸੰਦ ਹੈ ਕਿਉਂਕਿ ਜਦੋਂ ਚੰਦਰਮਾ ਚੜੇਗਾ ਉਹਨਾਂ ਨੂੰ ਦਿਸਣੋਂ ਅੜ ਜਾਂਦਾ ਕਹਿੰਦੇ ਸਮਝ ਲਓ ਨਿੰਦਕ ਚੱਕਵੇ ਵਰਗੇ ਨੇ ਮਹਾਰਾਜ ਜੀ ਦੀ ਵਡਿਆਈ ਚੰਦ ਦੀ ਚਾਨਣੀ ਵਰਗੀ ਹੈ ਜਿਵੇਂ ਉਹ ਅੰਨਾ ਹੋ ਜਾਂਦਾ ਇਹ ਹੁਣ ਨਿੰਦਿਆ ਦੇ ਰੋਗ ਕਰਕੇ ਅੰਨੇ ਹੀ ਹੋ ਗਏ ਸਮਝ ਲਓ ਅਕਲ ਦੇ ਅੰਨੇ ਹੋ ਗਏ ਜੀ। ਦੋਹਰਾ ਨਿੰਦਕ ਕੂਰੇ ਸਮਝ ਕੇ ਦੌਲਤ ਖਾਨ ਨਰੇਸ਼ ਕਹਿੰਦੇ ਦੌਲਤ ਖਾਨ ਨਵਾਬ ਨੂੰ ਜਦੋਂ ਪਤਾ ਲੱਗਣਾ ਵੀ ਝੂਠੀ ਨਿੰਦਿਆ ਕੀਤੀ ਮੋਦੀ ਮੇਰਾ ਫਿਰ ਸੱਚਾ ਨਿਕਲ ਆਇਆ ਪੈਸੇ ਤਾਂ ਉਹਦੇ ਵਧੇ ਹਨ। ਲੀਨੇ ਨਿਕਟ ਹਕਾਰ ਕੈ ਕਮਲ ਨੈਨ ਜਗਤੇਸ਼ ਕਹਿੰਦੇ ਥੋੜਾ ਸ਼ਰਮਿੰਦਾ ਤਾਂ ਦੌਲਤ ਖਾਨ ਵੀ ਹੋਇਆ ਪਰ ਖੁਸ਼ ਵੀ ਹੋਇਆ ਉਦਾਂ ਤੇ ਫਿਰ ਮਹਾਰਾਜ ਜਿੱਥੇ ਲੇਖਾ ਸੀ ਨਾ ਬਈ ਖਾਤਾ ਉੱਥੇ ਬੈਠੇ ਸਨ ਜਾ ਕੇ ਮੁਨਸ਼ੀ ਨੂੰ ਆਖਿਆ ਜਾ ਬੁਲਾ ਕੇ ਲਿਆਓ ਮੇਰੇ ਮੋਦੀ ਨੂੰ ਉਹਨੇ ਜਾ ਕੇ ਆਖਿਆ ਵੀ ਆਓ ਹੁਣ ਤੁਹਾਨੂੰ ਦੌਲਤ ਖਾਨ ਬੁਲਾਉਂਦਾ ਹੈ। ਕਵਿਤ
ਭਇਓ ਹੈ ਹਿਸਾਬ ਜਬ ਪਣ ਤਨ ਬਾਬ ਤਬ। ਕਹਿੰਦੇ ਜਦੋਂ ਹਿਸਾਬ ਹੋ ਗਿਆ ਮਹਾਰਾਜ ਜੀ ਨੂੰ ਕੋਲ ਬੁਲਾ ਕੇ ਫਿਰ ਦੌਲਤ ਖਾਨ ਵਾਹ ਵੀ ਏਦਾਂ ਆਖਣ ਲੱਗਾ ਜੀ ਲੀਜੇ ਨਿਜ ਬਾਕੀ ਅਬ ਕਾਰ ਪੁਨ ਕੀ ਜੀ। ਕਹਿਣ ਲੱਗਾ ਵੀ ਚਲੋ ਜੋ ਪਿੱਛੇ ਹੋਇਆ ਉਹ ਗਲਤੀਆਂ ਮਾਫ਼, ਆ ਤੁਸੀਂ ਆਪਣਾ ਜਿਹੜਾ ਵਾਧਾ ਇਹ ਵੀ ਲੈ ਲਓ ਤੇ ਹੋਰ ਜਿੰਨੀ ਮਾਇਆ ਚਾਹੀਦੀ ਉਹ ਵੀ ਲੈ ਲਓ ਤੇ ਪਰ ਮੋਦੀ ਦਾ ਕੰਮ ਫਿਰ ਸ਼ੁਰੂ ਕਰੋ। ਦੇਵੋ ਧਨ ਔਰ ਤੁਮ ਰਹੋ ਇਹ ਠੋਰ। ਕਹਿਣ ਲੱਗਿਆ ਵੀ ਤੁਸੀਂ ਉਹ ਕਬਰਸਤਾਨ ਚੋਂ ਉਠਾਓ, ਮੇਰੀ ਬੇਨਤੀ ਆ, ਜਿੰਨਾ ਧਨ ਹੋਰ ਚਾਹੀਦਾ ਉਹ ਮੇਰੇ ਕੋਲੋਂ ਲੈ ਲਓ ਤੇ ਪਰ ਹੱਟ ਦਾ ਕੰਮ ਮੋਦੀ ਦਾ ਕੰਮ ਫਿਰ ਸ਼ੁਰੂ ਕਰੋ, ਮੇਰੀ ਬੇਨਤੀ ਹੈ। ਵਾਧਾ ਹੋਏ ਜੋ ਬਹੋਰ ਬਿਨ ਦੇਰ ਔਰ ਲੀਜੀ। ਜਿਹੜਾ ਵਾਧਾ ਹੈ 760 ਰੁਪਏ ਉਹ ਵੀ ਲਓ ਤੇ ਉਹਦੇ ਤੋਂ ਬਿਨਾਂ ਜਿਹੜੇ ਉਵੇਂ ਚਾਹੀਦੀ ਰਾਸ ਜਿੰਨੀ ਤੁਸੀਂ ਕਹਿ ਦਿਓ ਉਨੀ ਮੈਂ ਤੁਹਾਨੂੰ ਦੇਣਾ, ਪਰ ਕੰਮ ਨਾ ਛੱਡੋ ਮੇਰਾ। ਬਾਬੇ ਤਬ ਕਹੀ ਧਨ ਲੈ ਮੂੰ ਅਬ ਨਹੀਂ ਜੋ। ਕਹਿੰਦੇ ਬਾਬੇ ਤਬ ਕਹੀ, ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੋਲੇ, ਕਿਉਂਕਿ ਉਦਣ ਦਾ ਬੋਲਣਾ ਘੱਟ ਕੀਤਾ ਮਹਾਰਾਜ ਨੇ ਤੇ ਹੁਣ ਜਦੋਂ ਸਾਰਾ ਹਿਸਾਬ ਕਿਤਾਬ ਹੋ ਗਿਆ ਨਵਾਬ ਨੇ ਆਖਿਆ ਮੇਰੀ ਗਲਤੀ ਮਾਫ ਕਰੋ, ਤੁਹਾਡੇ ਵੀ 760 ਦਿਨਾ, ਬਾਕੀ ਰਾਸ ਵੀ ਸਾਰੀ ਦਿਨਾ, ਤੁਸੀਂ ਕੰਮ ਕਰੋ। ਤੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬੇ ਤਬ ਕਹੀ ਧਨ ਲੇਵੋ ਅਬ ਨਹੀਂ। ਮਹਾਰਾਜ ਕਹਿੰਦੇ ਨਹੀਂ ਨਹੀਂ ਨਵਾਬ ਸਾਹਿਬ, ਹੁਣ ਮੈਨੂੰ ਕੋਈ ਪੈਸਾ ਨਹੀਂ ਚਾਹੀਦਾ। ਬਾਕੀ ਸਭ ਰਹੇ ਤਾਂ ਕੀ ਬਾਤ ਜੋ ਸੁਣੀ ਜੀ। ਉਹ ਕਹਿਣ ਲੱਗੇ ਮਹਾਰਾਜ ਵੀ ਜਿਹੜੇ ਬਾਕੀ ਸਾਡੇ ਮੇਰੇ 760 ਰੁਪਏ ਬਚਦੇ ਨਾ, ਉਹਨਾਂ ਦੀ ਗੱਲ ਸੁਣੋ ਹੁਣ ਨਵਾਬ ਜੀ। ਰੱਖੀਏ ਇਮਾਨ ਥਾਂ ਆਪਣੋ ਨਿਭਾਬ ਰਾਏ। ਉਹ ਪੈਸੇ ਮੈਂ ਤੁਹਾਡੇ ਕੋਲੇ ਰਹਿਣ ਦੇਣੇ ਆ ਤੇ ਤੁਸੀਂ ਆਪਣੇ ਇਮਾਨ ਨਾਲ, ਆਪਣੇ ਧਰਮ ਨਾਲ, ਆਪਣੀ ਇਮਾਨਦਾਰੀ ਨਾਲ। ਪੈਸੇ ਹੈ ਖੁਦਾਏ ਕੇ ਫਕੀਰਨ ਕੋ ਦੀ ਜੀ। ਮਹਾਰਾਜ ਨੇ ਕਿਹਾ ਖੁਦਾ ਦੇ ਪੈਸੇ ਆ, ਸਮਝ ਲਾ 760 ਰੁਪਈਏ, ਤੇ ਪੂਰੀ ਇਮਾਨਦਾਰੀ ਨਾਲ ਫਕੀਰਾਂ ਚ ਵੰਡ ਦੇਵੀ ਮੈਨੂੰ। ਨਾ ਮੈਂ ਤੇਰੇ ਕੋਲੋਂ ਕੋਈ ਪੈਸਾ ਲੈਣਾ, ਨਾ ਮੈਂ ਮੋਦੀ ਦਾ ਕੰਮ ਕਰਨਾ ਹੁਣ, ਤੇ ਨਾ ਮੈਨੂੰ ਆਪਣੇ 760 ਰੁਪਈਏ ਚਾਹੀਦੇ ਆ, ਬਸ ਇਹ ਮੈਂ ਤੇਰੀ ਇਮਾਨਦਾਰੀ ਤੇ ਛੱਡੇ ਤੇਰੇ ਕੋਲ, ਇਹ ਰੱਬ ਦੇ ਪੈਸੇ ਨੇ, ਰੱਬ ਦੇ ਬੰਦਿਆਂ ਵਿੱਚ ਵੰਡ ਦੇਵੀ ਤੂੰ। ਸਵਈਆ ਨਾਨਕ ਜੀ ਇਹ ਆਨਣ ਤੇ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਵਿੱਤਰ ਮੁਖ ਤੋਂ ਬਚਨ ਕੀਤਾ ਜੀ, ਭੀਨ ਥਾਨ ਮਸਾਨਨ ਕੇ ਚਲਿਆ। ਬਸ ਇੰਨੀ ਗੱਲ ਕਹਿ ਕੇ ਸੱਚੇ ਪਾਤਸ਼ਾਹ ਫਿਰ ਕਬਰਸਤਾਨ ਵੱਲ ਨੂੰ ਤੁਰ ਪਏ ਜੀ। ਗੋਰ ਮਰੀਨ ਮੈਂ ਬੈਸ ਗਏ। ਉੱਥੇ ਹੀ ਆਣ ਕੇ ਕਬਰਸਤਾਨ ਚ ਬੈਠ ਗਏ, ਮੜੀਆਂ ਵਿੱਚ ਜਿੱਥੇ ਪਹਿਲਾਂ ਜਿੱਥੋਂ ਉੱਠ ਕੇ ਗਏ ਸਨ। ਦਰਵੇਸ਼ ਕੋ ਭੇਸ਼ ਸਰੀਰ ਬਣਾਏ। ਕਹਿੰਦੇ ਦਰਵੇਸ਼ਾਂ ਵਾਲਾ ਭੇਖ ਫਕੀਰਾਂ ਵਾਲਾ ਮਹਾਰਾਜ ਜੀ ਨੇ ਉਸ ਵੇਲੇ ਧਾਰਨ ਕੀਤਾ ਹੋਇਆ ਹੈ। ਲਾਏ ਸਮਾਧ ਅਗਾਧ ਆਬਾਦ ਕੇ। ਬਸ ਆਣ ਕੇ ਚੌਂਕੜਾ ਮਾਰ ਕੇ ਤੇ ਕੁਰਸ ਅਫੁਰ ਸਮਾਧੀ ਲਾ ਲਈ ਮਹਾਰਾਜ ਜੀ ਨੇਤਰ ਬੰਦ ਕਰਕੇ। ਪੂਰਬ ਰੂਪ ਅਨੂਪ ਵਸਾਏ। ਉਹ ਪੂਰਬਲਾ ਉਪਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਰੂਪ ਹੈ ਉਹਨੂੰ ਆਪਣੇ ਧਿਆਨ ਚ ਟਿਕਾ ਕੇ ਨਿਰਗੁਣ ਸਰੂਪ ਨੂੰ ਤੇ ਸੱਚੇ ਪਾਤਸ਼ਾਹ ਜੀ ਨੇਤਰ ਬੰਦ ਕਰ ਲਏ ਜੀ। ਜਾਹੇ ਅਰਾਧਨ ਕੇ ਫਲ ਲੱਦ ਹੈ। ਜਿਸ ਪਰਮਾਤਮਾ ਨੂੰ ਅਰਾਧਨ ਦਾ ਇਹ ਫਲ ਮਿਲਦਾ ਹੈ। ਆਦ ਵਿਆਦ ਵਿਆਦ ਉੱਠ ਬਟਾਏ। ਆਦ ਵਿਆਦ ਉਪਾਦ ਸਾਰੀ ਮਿਟ ਜਾਂਦੀ ਹੈ ਜਿਸ ਪਰਮੇਸ਼ਰ ਨੂੰ ਅਰਾਧਨ ਕਰਕੇ। ਆਦਿ ਸਰੀਰ ਦੇ ਰੋਗ, ਮਨ ਦੇ ਰੋਗ, ਉਪਰੋਂ ਪੈਣ ਵਾਲੀ ਵਿਪਤਾ ਸਭ ਕੁਝ ਮਿਟ ਜਾਂਦਾ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੇ। ਕਹਿੰਦੇ ਉਸ ਪਰਮੇਸ਼ਰ ਨੂੰ ਧਿਆਨ ਚ ਟਿਕਾ ਕੇ, ਕਿਉਂਕਿ ਖੁਦ ਵੀ ਪਰਮੇਸ਼ਰ ਸਰੂਪ ਨੇ ਪਰ ਨਿਰਗੁਣ ਸਰੂਪ ਨੂੰ ਧਿਆਨ ਚ ਟਿਕਾ ਕੇ ਸੱਚੇ ਪਾਤਸ਼ਾਹ ਜੀ ਹੁਣ ਨੇਤਰ ਬੰਦ ਕਰਕੇ ਬੈਠ ਗਏ ਫਿਰ ਕਬਰਸਤਾਨ ਵਿੱਚ। ਦੋਹਰਾ ਸਭ ਪਰਿਵਾਰ ਕਿਰਤ ਦੇਖ ਕੇ। ਹੁਣ ਮਹਾਰਾਜ ਜੀ ਦਾ ਇਹ ਵਿਹਾਰ ਦੇਖ ਕੇ ਜਿਹੜਾ ਸਾਰਾ ਪਰਿਵਾਰ ਸੀ ਠਟਕਾ ਰਹੇ ਮਨ ਮਾਹੇ। ਕਹਿੰਦੇ ਸਤਸੰਗ ਜੀ ਬੜਾ ਹੈਰਾਨ ਹੈ ਸਾਰਾ ਪਰਿਵਾਰ ਵੀ ਚਲੋ ਲੇਖਾ ਵੀ ਹੋ ਗਿਆ, ਪੈਸੇ ਵੀ ਬਚ ਗਏ, ਫਿਰ ਵੀ ਮਹਾਰਾਜ ਘਰ ਨਹੀਂ ਆਏ, ਫਿਰ ਕਬਰਸਤਾਨ ਚ ਜਾ ਕੇ ਬੈਠ ਗਏ ਹਨ। ਨਿਕਟ ਜਾਏ ਤੂਸ਼ਣ ਰਹੇ। ਪਰਿਵਾਰ ਸਾਰਾ ਮਹਾਰਾਜ ਦੇ ਕੋਲ ਗਿਆ ਕੁਝ ਗੱਲ ਕਰਨ ਵਾਸਤੇ, ਪਰ ਹਜ਼ੂਰ ਦੀ ਸਮਾਧੀ ਲੱਗੀ ਦੇਖ ਕੇ ਨੇਤਰਬੰਦ ਦੇਖ ਕੇ ਕੋਲ ਬੈਠ ਕੇ ਬੋਲਿਆ ਕੋਈ ਨਾ ਪਰਿਵਾਰ ਦਾ ਜੀ। ਬੋਲ ਸਖਤ ਕਸ਼ ਨਾਹੇ। ਕਹਿੰਦੇ ਨੇ ਬੋਲਣ ਦੀ ਸ਼ਕਤੀ ਨਾ ਫਿਰ ਕਿਸੇ ਦੀ ਪਈ ਵੀ ਕੁਝ ਉਹਨਾਂ ਨੂੰ ਆਖੀਏ ਮਹਾਰਾਜ ਨੂੰ, ਮਹਾਰਾਜ ਦਾ ਤੇਜ ਪ੍ਰਤਾਪ ਦੇਖ ਕੇ। ਬਾਬ ਜੈ ਰਾਮ ਦੁਕਾਨ ਕੀ। ਕਹਿੰਦੇ ਉਸ ਵੇਲੇ ਪਰਿਵਾਰ ਉੱਠ ਕੇ ਫਿਰ ਵਾਪਸ ਆ ਗਿਆ, ਭਾਈਆ ਜੈ ਰਾਮ ਜੀ ਸਤਸੰਗ ਜੀ ਹੱਟ ਤੇ ਗਏ। ਸੌ ਜ ਸੰਭਾਰੀ ਆਨ। ਕਹਿੰਦੇ ਕੁਝ ਉਥੋਂ ਸਮਾਨ ਜਿਹੜਾ ਘਰ ਦਾ ਜਰੂਰੀ ਸੀ ਲੈ ਕੇ ਭਾਈਆ ਜੈ ਰਾਮ ਜੀ ਨੇ। ਸਭ ਹੈ ਸੋ ਲੱਖਣੀ ਢਿੱਗ ਦਈ। ਆਣ ਕੇ ਮਹਾਰਾਜ ਜੀ ਦੇ ਸੁਪਤਨੀ ਸਾਡੇ ਮਾਤਾ ਸੁਲੱਖਣੀ ਜੀ ਨੂੰ ਭਾਈਆ ਜੈ ਰਾਮ ਜੀ ਜਿੰਨਾ ਘਰ ਦਾ ਜਰੂਰੀ ਸਮਾਨ ਚਾਹੀਦਾ ਸੀ ਉਹ ਲਿਆ ਕੇ ਦੇ ਦਿੱਤਾ, ਰੱਖ ਦਿੱਤਾ। ਅਸ ਵਿਦ ਬਚਨ ਬਖਾਨ। ਨਾਲੇ ਸਮਾਨ ਲਿਆ ਕੇ ਰੱਖਿਆ, ਨਾਲੇ ਏਦਾਂ ਮਾਤਾ ਸੁਲੱਖਣੀ ਜੀ ਨੂੰ ਕਹਿਣ ਲੱਗੇ ਹਨ ਤਿੰਨ ਸੋ ਬਸ ਹਮਰੋ ਨਾ ਕੁਛ। ਭਾਈਆ ਜੈ ਰਾਮ ਜੀ ਕਹਿਣ ਲੱਗੇ ਵੀ ਬੀਬਾ ਭਾਈ ਸਾਡਾ ਉਹਦੇ ਤੇ ਕੋਈ ਵੱਸ ਨੀ, ਦੇਖ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਸਭ ਨੂੰ ਪਤਾ ਉਹ ਫਿਰ ਘਰ ਨੀ ਆਏ। ਵਾਧਾ ਨਿਕਲ ਆਇਆ 760 ਰੁਪਈਏ ਤੇ ਉਹ ਵੀ ਨੀ ਉਹਨਾਂ ਨੇ ਲਏ,
ਉਹ ਵੀ ਨਵਾਬ ਕੋ ਰਹਿਣ ਦਿੱਤੇ, ਕਹਿੰਦੇ ਫਕੀਰਾਂ ਨੂੰ ਦੇ ਦਿਓ, ਤੇ ਹੁਣ ਸਾਡਾ ਤਾਂ ਕੋਈ ਵੱਸ ਨੀ ਹੈਗਾ, ਤੈਨੂੰ ਪਤਾ ਹੀ ਹੈ। ਸੁਣ ਸਾਧਵੀ ਤਰ ਧੀਰ, ਸਾਧਵੀ ਦਾ ਅਰਥ ਹੁੰਦਾ ਚੰਗੇ ਸੁਭਾਅ ਵਾਲੀ ਬੀਬੀ। ਕਹਿਣ ਲੱਗੇ ਬੀਬੀ ਤੈਨੂੰ ਪਤਾ ਹੁਣ ਤੂੰ ਵੀ ਸਿਆਣੀ ਹੈ, ਮੇਰੇ ਵੱਸ ਦੀ ਕੋਈ ਗੱਲ ਨਹੀਂ ਰਹਿ ਗਈ ਹੈ। ਸਿਮਰੋ ਨਿਸ ਬਸ ਹਿਰਦੈ, ਹੁਣ ਇੱਕ ਹੀ ਤਰੀਕਾ ਰਹਿ ਗਿਆ ਭਈ ਦਿਨੇ ਰਾਤ ਸਿਮਰਨ ਕਰ ਉਸ ਪਰਮੇਸ਼ਵਰ ਦਾ। ਭਲੀ ਕਰੇ ਰਘੁਬੀਰ, ਬਸ ਉਹ ਪ੍ਰਮਾਤਮਾ ਹੀ ਹੁਣ ਭਲੀ ਕਰੇਗਾ, ਹੁਣ ਮੈਂ ਤਾਂ ਕੁਝ ਕਰ ਨਹੀਂ ਸਕਦਾ, ਮੈਂ ਤਾਂ ਉਹਨਾਂ ਕੋਲ ਜਾ ਕੇ ਬੈਠ ਕੇ ਫਿਰ ਵਾਪਸ ਆ ਗਿਆ, ਉਹ ਤਾਂ ਨੇਤਰ ਹੀ ਨਹੀਂ ਖੋਲਦੇ ਪਏ। ਸਵਈਆ ਲੋਕ ਬਲੋਕ ਤਾਂ ਆਣ ਕਿਉਂ, ਕਹਿੰਦੇ ਲੋਕ ਆਣ ਆਣ ਕੇ ਵੇਖਦੇ ਨੇ ਮਹਾਰਾਜ ਨੂੰ, ਸੁਲਤਾਨਪੁਰ ਦੇ ਲੋਕ ਆਉਂਦੇ ਨੇ ਦੇਖ ਦੇਖ ਕੇ ਮੁੜ ਕੇ ਜਾ ਰਹੇ ਹਨ ਕਬਰਸਤਾਨ ਵਿੱਚੋਂ। ਸਹਿ ਸ਼ੋਕ ਜੈ ਰਾਮ ਸੋ ਜਾਏ ਜਨਾਬ, ਕਹਿੰਦੇ ਕੁਝ ਲੋਕ ਭਾਈਆ ਜੈ ਰਾਮ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਜਾ ਕੇ ਏਦਾਂ ਕਹਿੰਦੇ ਹਨ। ਜਾਣੀ ਨਾ ਜਾਏ ਭਈ ਗੱਤ ਕਿਆ, ਕਹਿੰਦੇ ਜੈ ਰਾਮ ਜੀ ਜਾਣਿਆ ਨੀ ਜਾਂਦਾ ਵੀ ਕੀ ਹੋ ਗਿਆ ਮਹਾਰਾਜ ਜੀ ਨੂੰ। ਉਦਿਆਨ ਰਹੇ ਪੁਰ ਪਾਏ ਨਾ ਪਾਵੇ, ਇਹ ਕੀ ਗੱਲ ਆ, ਉਦਿਆਨ ਕਬਰਸਤਾਨ ਚ ਕਿਉਂ ਜਾ ਕੇ ਬੈਠੇ ਨੇ, ਪੁਰ ਚ ਨਗਰ ਚ ਪੈਰ ਕਿਉਂ ਨੀ ਪਾਉਂਦੇ, ਘਰ ਨੂੰ ਕਿਉਂ ਨੀ ਆਏ, ਹੱਟ ਤੇ ਵੀ ਨੀ ਆਏ, ਪਤਾ ਨੀ ਕੀ ਹੋ ਗਿਆ। ਏਦਾਂ ਭਾਈਆ ਜੈ ਰਾਮ ਜੀ ਨੂੰ ਕੁਝ ਸਿਆਣੇ ਲੋਕ ਸੁਲਤਾਨਪੁਰ ਦੇ ਆਣ ਕੇ ਕਹਿੰਦੇ ਹਨ। ਹੋਸ਼ ਭਏ ਫਰਮੋਸ਼ ਹਿਰਦੈ, ਫਰਮੋਸ਼ ਹੁੰਦਾ ਹੋਸ਼ ਭੁੱਲ ਜਾਣੀ, ਕਹਿੰਦੇ ਹੋਸ਼ ਹੁਣ ਉਹਨਾਂ ਨੂੰ ਭੁੱਲ ਗਈ ਹੈ, ਪਤਾ ਨੀ ਚੇਤਾ ਨੀ ਘਰ ਦਾ ਆਉਂਦਾ, ਪਤਾ ਨੀ ਦੁਕਾਨ ਦਾ ਚੇਤਾ ਨੀ ਆਉਂਦਾ, ਪਤਾ ਨੀ ਕੀ ਹੋ ਗਿਆ ਹੋਵੇਗਾ। ਨਾ ਗੋਸ਼ ਸੁਣੈ ਮਨ ਜੋਸ਼ ਨਾ ਆਵੈ, ਗੋਸ਼ ਕੰਨਾਂ ਨੂੰ ਕਹਿੰਦੇ ਕਿਸੇ ਦੀ ਗੱਲ ਕੰਨਾਂ ਚ ਸੁਣ ਕੇ ਵੀ ਨਾ ਮਹਾਰਾਜ ਨੇਤਰ ਖੋਲਦੇ ਨਾ ਅੱਗਿਓ ਕੁਝ ਬੋਲਦੇ ਹਨ। ਬੋਲਤ ਬੋਲ ਨਾ ਕਾਹੂ ਬਲੋ ਕਹੈ, ਕਹਿੰਦੇ ਨਾ ਕਿਸੇ ਵੱਲ ਦੇਖਦੇ ਹੀ ਨੇ, ਨਾ ਕਿਸੇ ਦੀ ਗੱਲ ਦਾ ਜਵਾਬ ਦਿੰਦੇ ਹਨ, ਨਾ ਕਿਸ ਲੋਕ ਸੋ ਭੇਦ ਬਤਾਵੈ, ਨਾ ਆਪਣਾ ਭੇਦ ਹੀ ਕਿਸੇ ਨੂੰ ਦੱਸਦੇ ਨੇ ਵੀ ਇਹ ਗੱਲ ਕੀ ਹੈ, ਕਿਉਂ ਕਬਰਸਤਾਨ ਚ ਬੈਠੇ, ਕੀ ਕਰਨਾ ਚਾਹੁੰਦੇ ਨੇ ਅਸਲ ਵਿੱਚ ਮਹਾਰਾਜ। ਮਾਨਵ ਭੇਵ ਨਾ ਜਾਣਵ ਜੋ, ਸੋ ਕਹਿੰਦੇ ਜਿਹੜੇ ਮਨੁੱਖ, ਇਹ ਤਾਂ ਕੁਝ ਸਿਆਣੇ ਲੋਕ ਆਣ ਕੇ ਭਾਈ ਜੈ ਰਾਮ ਜੀ ਨੂੰ ਕਹਿੰਦੇ ਨੇ, ਪਰ ਜਿਹੜੇ ਕੁਝ ਲੋਕ ਭੇਦ ਨਹੀਂ ਜਾਣਦੇ ਭਾਵ ਈਰਖਾ ਮਹਾਰਾਜ ਜੀ ਦੀ ਵਡਿਆਈ ਵਿੱਚ ਕਰਦੇ ਹਨ। ਮਨ ਆਨਵ ਸੋ ਨਿਜ ਕੀ ਸੱਠਤਾਈ, ਕਹਿੰਦੇ ਉਹਨਾਂ ਮਨੁੱਖਾਂ ਦੀ ਮੂਰਖਤਾਈ ਸੱਠਤਾਈ ਹੁੰਦੀ ਹੈ, ਮੂਰਖਤਾਈ ਕਹਿੰਦੇ ਉਹਨਾਂ ਦੀ ਮੂਰਖਤਾਈ ਵਾਰ ਵਾਰ ਉਹਨਾਂ ਨੂੰ ਸਤਾਉਂਦੀ ਹੈ ਮਹਾਰਾਜ ਦੀ ਨਿੰਦਿਆ ਕਰਨ ਵਾਸਤੇ। ਕੋ ਉਕਤੰਕਸ਼ ਕੋ ਭਗਤੰਕਸ਼, ਕਹਿੰਦੇ ਕੋ ਉਕਤੰਕਸ਼ ਕੋ ਭਗਤੰਕਸ਼, ਭਗਤੰਕ ਹੁੰਦਾ ਨਿੰਦਿਆ ਕਰਨੀ ਬਕਣਾ, ਤੇ ਉਕਤੰਕ ਹੁੰਦਾ ਸਤਸੰਗ ਜੀ ਕੋਈ ਸੋਭਾ ਕਰਨੀ, ਕਹਿੰਦੇ ਕੋਈ ਸੋਭਾ ਕਰੀ ਜਾਂਦਾ ਮਹਾਰਾਜ ਦੀ, ਕੋਈ ਨਿੰਦਿਆ ਕਰੀ ਜਾਂਦਾ ਹੈ ਜੀ। ਬਾਬਰ ਭਇਆ ਕਿਦਾਂ ਭੂਤ ਲਗਾਈ, ਕਹਿੰਦੇ ਜਿਹੜੇ ਨਿੰਦਕ ਨੇ ਉਹ ਕਹਿੰਦੇ ਨੇ ਜਾਂ ਤਾਂ ਕਮਲਾ ਹੋ ਗਿਆ ਪੱਕੀ ਗੱਲ ਹੈ, ਤਾਂ ਜਾਂ ਇਹਨੂੰ ਭੂਤ ਚੰਬੜ ਗਿਆ ਜੇ। ਨਾਨਕੀ ਇਹ ਕਰਹੀ ਉਹ ਮੈਂ ਥਿਰ, ਇੱਕ ਬੇਬੇ ਨਾਨਕੀ ਜੀ ਨੇ ਜਿਹਨਾਂ ਦਾ ਹਾਲਾਂ ਵੀ ਮਨ ਉੱਥੇ ਹੀ ਸਥਿਰ ਹੈ ਜਿੱਥੇ ਪਹਿਲਾਂ ਸੀ, ਉਹ ਬਿਲਕੁਲ ਨੀ ਡੋਲੇ ਨਾ ਉਹਨਾਂ ਦਾ ਮਨ ਭਰਮਿਆ, ਕਹਿੰਦੇ ਨੇ ਨਾਨਕੀ ਇੱਕ ਰਹੀ ਉਰ ਮੈਂ ਥਿਰ, ਸਿਰਫ ਬੇਬੇ ਨਾਨਕੀ ਜੀ ਜਿਹਨਾਂ ਨੂੰ ਹੁਣ ਵੀ ਕੋਈ ਬਹੁਤੀ ਚਿੰਤਾ ਨੂੰ ਪਤਾ ਵੀ ਇਹ ਮਹਾਰਾਜ ਕਰਨ ਕਾਰਨ ਸਮਰੱਥ ਨੇ, ਇਹ ਕੋਈ ਕੌਤਕੀ ਹੈ ਉਹਨਾਂ ਦਾ, ਮੇਰ ਮਾਨ ਨਾ ਸੋਏ ਡੋਲਾਈ, ਕਹਿੰਦੇ ਸਮੇਰ ਪਰਬਤ ਵਰਗਾ ਹਿਰਦਾ ਬੇਬੇ ਨਾਨਕ ਜੀ ਦਾ ਬਿਲਕੁਲ ਨੀ ਡੋਲਿਆ ਜੀ। ਨਾਨਕੀ ਕਿਰਕੀ ਕਿਰਤ ਬੇਗਹਿਤਾ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਕਰਮ ਇਸ ਵੇਲੇ ਨਾ, ਜਿਹੜਾ ਇਸ ਵੇਲੇ ਵਿਹਾਰ ਚੱਲਦਾ ਪਿਆ, ਕਹਿੰਦੇ ਸਮਝ ਲਓ ਇੱਕ ਤੇਜ ਹਨੇਰੀ ਵਰਗਾ ਹੈ। ਪਾਤ ਉਡੇ ਨਰ ਸੋ ਨਾ ਉਡਾਈ, ਕਹਿੰਦੇ ਸਮਝ ਲਓ ਵੀ ਆਮ ਲੋਕਾਂ ਦਾ ਜਿਹੜਾ ਨਿਸ਼ਚਾ ਸੀ, ਜਿਹੜੀ ਸ਼ਰਧਾ ਸੀ, ਉਹ ਹਨੇਰੀ ਜਿਵੇਂ ਉਡਾ ਕੇ ਲੈ ਗਈ ਸਮਝ ਲਓ ਭਾਵ, ਹੁਣ ਸਿਰਫ ਇੱਕ ਬੇ ਨਾਨਕੀ ਦਾ ਹਿਰ ਦਾ ਜਿਹੜਾ ਸਥਿਰ ਹੈ, ਬਾਕੀ ਲੋਕਾਂ ਦਾ ਤਾਂ ਹੌਲੀ
ਹੌਲੀ ਹੌਲੀ ਸ਼ਰਧਾ ਖਤਮ ਹੋ ਰਹੀ ਆ। ਜਿਹਨਾਂ ਦਾ ਥੋੜਾ ਕੁ ਹੈ ਵੀ ਸੀ ਉਹ ਵੀ ਸੁਣ ਸੁਣ ਕੇ ਲੋਕਾਂ ਦੀਆਂ ਗੱਲਾਂ ਕਹਿੰਦੇ ਸ਼ਾਇਦ ਕੁਝ ਚੰਬੜ ਨਾ ਗਿਆ ਹੋਵੇ, ਵਾਕਿਆ ਕਿਤੇ ਮਹਾਰਾਜ ਨੂੰ ਕੁਝ ਹੋ ਨਾ ਗਿਆ ਹੋਵੇ। ਦੋਹਰਾ ਭਰਾਤ ਕਰ ਹੈ ਸੋਈ ਭਲੀ, ਇੱਕ ਬੇਬੇ ਜੀ ਨੇ ਜਿਹੜੇ ਕਹਿ ਰਹੇ ਨੇ ਮੇਰਾ ਭਰਾ ਜੋ ਕਰਦਾ ਚੰਗਾ ਹੀ ਕਰ ਰਿਹਾ ਭਾਈ, ਫਿਕਰ ਨਾ ਕਰੋ ਤੁਸੀਂ। ਬਣੇ ਨਾ ਕਹਿਣ ਹਮਾਰ, ਬੇਬੇ ਜੀ ਕਹਿੰਦੇ ਕੁਝ ਵੀ ਨੀ ਸਾਡਾ ਕਹਿਣਾ ਬਣਦਾ ਉਹਨਾਂ ਨੂੰ, ਉਹ ਆਪ ਹੀ ਸਮਰੱਥ ਨੇ, ਬਸ ਤੁਸੀਂ ਉਹਨਾਂ ਦੀ ਮੌਜ ਵਿਚ ਖੁਸ਼ ਰਹੋ ਸਾਰੇ। ਹਵਾ ਅਲਪਗ ਸਰਭਗ ਕੀ, ਬੇਬੇ ਜੀ ਕਹਿਣ ਲੱਗੇ ਆਮ ਬੁੱਧੀ ਵਾਲਾ ਜਿਹੜਾ ਬੰਦਾ ਨਾ ਅਲਪਗ ਬੁੱਧੀ ਵਾਲਾ, ਉਹ ਸਰਭਗ ਨੂੰ ਜਾ ਕੇ ਕੀ ਮਤ ਦੇ ਸਕਦਾ ਹੈ। ਮਿਟ ਹੈ ਕ੍ਰਿਤ ਗਵਾਰ, ਕਹਿੰਦੇ ਮੂਰਖਾਂ ਦਾ ਕੰਮ ਹੁੰਦਾ ਆਪ ਤੋਂ ਸਿਆਣੇ ਨੂੰ ਜਾ ਕੇ ਅਕਲ ਦੇਣੀ, ਆਪ ਨੂੰ ਅਕਲ ਨਾ ਹੋਵੇ ਤੇ ਦੂਸਰੇ ਨੂੰ ਸਿਆਣੇ ਨੂੰ ਅਕਲਵਾਨ ਨੂੰ ਜਾ ਕੇ ਮੂਰਖ ਅਕਲ ਦੇਵੇ। ਬੇਬੇ ਨਾਨਕ ਜੀ ਕਹਿੰਦੇ ਇਹ ਤਾਂ ਭਾਈ ਨਿਸ਼ਾਨੀ ਹੁੰਦੀ ਹੈ ਮੂਰਖਤਾਈ ਦੀ, ਅਲਪਗ ਸਰਭਗ ਨੂੰ ਨੀ ਸਮਝਾ ਸਕਦਾ, ਇਸ ਕਰਕੇ ਕੋਈ ਫਿਕਰ ਵਾਲੀ ਗੱਲ ਨੀ ਹੈ। ਪ੍ਰਸੰਗ ਸਮਾਪਤ, ਇੱਥੇ ਇੱਕ ਅਧਿਆਇ ਸਤਸੰਗ ਜੀ ਪੂਰਾ ਹੋ ਗਿਆ ਤੇ ਦੂਜਾ ਪ੍ਰਸੰਗ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਰਦਾਸ ਕਰਨਗੇ ਜੀ। ਦੋਹਰਾ ਸ੍ਰੀ ਗੁਰ ਪਗ ਕੋ ਪ੍ਰੇਮ ਜੋ, ਹੁਣ ਇਹ ਜਿਹੜੀ ਅਰਦਾਸ ਹੈ ਨਾ ਮਹਾਰਾਜ ਦੇ ਚਰਨਾਂ ਵਿੱਚ ਕਰਦੇ ਆਏ ਨੇ ਕਵੀ ਜੀ ਹੁਣ ਤੱਕ, ਪਰ ਆਹ ਅਰਦਾਸ ਉਹਨਾਂ ਗੁਰਮੁਖਾਂ ਦੇ ਚਰਨਾਂ ਚ ਹੋਣ ਲੱਗੀ ਜਿਹੜੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਪ੍ਰੇਮੀ ਨੇ, ਜਿਹਨਾਂ ਉੱਤੇ ਮਹਾਰਾਜ ਦੀ ਪੂਰੀ ਮਿਹਰ ਹੈ, ਉਹਨਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਹਿੰਦੇ ਹੇ ਗੁਰਮੁਖੋ ਤੁਹਾਡੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਤੁਸੀਂ ਮਹਾਰਾਜ ਦੇ ਚਰਨਾਂ ਦੇ ਬਹੁਤ ਪ੍ਰੇਮੀ ਹੋ। ਉਜਲ ਸਰਸ ਮਰਾਲ, ਮਰਾਲ ਹੁੰਦੇ ਹੰਸ, ਕਹਿੰਦੇ ਨੇ ਤੁਹਾਡਾ ਜਸ ਤੁਹਾਡਾ ਪ੍ਰੇਮ ਜਿਹੜਾ ਇਹ ਹੰਸਾਂ ਵਰਗਾ ਚਿੱਟਾ ਉਜਲ ਹੈ। ਅਵਗਨ ਪਰ ਹਰ ਗੁਣ ਗ੍ਰਹੀ, ਕਹਿੰਦੇ ਮੇਰੇ ਔਗਣ ਨਾ ਚਿਤਾਰਿਓ ਤੇ ਮੈਨੂੰ ਇੱਕ ਗੁਣਾਂ ਦੀ ਦਾਤ ਬਖਸ਼ੋ, ਜਿਵੇਂ ਸਾਧ ਸੰਗਤ ਜੀ ਔਗਣ ਪਰ ਹਰ ਗੁਣ ਗ੍ਰਹੀ, ਔਗਣ ਛੱਡ ਕੇ ਗੁਣ ਗ੍ਰਹਿਣ ਕਰਨੇ, ਇਹ ਹੰਸ ਦਾ ਇੱਕ ਸੁਭਾਅ ਹੁੰਦਾ, ਉਹਦੇ ਅੱਗੇ ਦੁੱਧ ਰੱਖੀਏ ਤੇ ਸਾਧ ਸੰਗਤ ਜੀ ਉਹ ਚੋਂ ਤੇ ਦੁੱਧ ਚ ਪਾ ਕੇ ਤੇ ਉਹਦੇ ਵਿੱਚੋਂ ਸਿਰਫ ਜਿਹੜਾ ਤੱਤ ਹੈ ਨਾ ਦੁੱਧ ਦਾ, ਕਿਉਂਕਿ ਪਰਮੇਸ਼ਰ ਦੀ ਇੱਕ ਐਸੀ ਨੇਤ ਹੈ, ਹੰਸ ਜਦੋਂ ਦੁੱਧ ਚ ਚੁੰਝ ਪਾਵੇਗਾ ਤੇ ਦੁੱਧ ਉਸੇ ਵੇਲੇ ਫੁੱਟ ਜਾਂਦਾ, ਉਹਦੇ ਵਿੱਚੋਂ ਪਨੀਰ ਸਮਝ ਲਓ ਇੱਕ ਵੱਖ ਹੋ ਜਾਂਦਾ, ਪਾਣੀ ਵੱਖ, ਪਾਣੀ ਉਹਨੇ ਛੱਡ ਦੇਣਾ ਤੇ ਜਿਹੜਾ ਅਸਲ ਹੈ ਦੁੱਧ ਦਾ ਉਹ ਖਾ ਜਾਂਦਾ। ਇਸੇ ਤਰ੍ਹਾਂ ਕਹਿੰਦੇ ਇਹ ਗੁਰਮੁਖ ਜਨੋ ਤੁਹਾਡੇ ਉੱਤੇ ਅਕਾਲ ਪੁਰਖ ਦੀ ਕਿਰਪਾ, ਤੁਸੀਂ ਹੰਸਾਂ ਵਰਗੇ ਜੇ ਗੁਣ ਦੂਰ ਕਰਕੇ ਔਗਣ ਗ੍ਰਹਿਣ ਕਰਨ ਵਾਲਿਓ ਮੇਰੇ ਤੇ ਵੀ ਕਿਰਪਾ ਕਰੋ, ਸੋ ਔਗਣ ਦੂਰ ਕਰਕੇ ਗੁਣ ਗ੍ਰਹਿਣ ਕਰਨ ਵਾਲਿਓ ਮੇਰੇ ਤੇ ਵੀ ਕਿਰਪਾ ਕਰੋ। ਬਸ ਵਸੋ ਮੋਹੇ ਮਨ ਤਾਲ, ਕਹਿੰਦੇ ਮੇਰੇ ਮਨ ਰੂਪੀ ਸਰੋਵਰ ਚ ਵਸੋ, ਜਿਵੇਂ ਮਾਨ ਸਰੋਵਰ ਤੇ ਹੰਸ ਵੱਸਦਾ ਹੈ, ਮੇਰੇ ਮਨ ਵਿੱਚ ਤੁਹਾਡੀ ਕਿਰਪਾ ਹੋ ਜਾਵੇ ਤੇ ਮੇਰਾ ਵੀ ਮਨ ਤੁਹਾਡੇ ਵਰਗਾ ਪ੍ਰੇਮੀ ਹੋ ਜਾਵੇ ਮਹਾਰਾਜ ਦਾ, ਮੇਰੇ ਵੀ ਔਗਣ ਦੂਰ ਹੋ ਜਾਣ, ਗੁਣ ਆ ਜਾਣ ਮੇਰੇ ਤੇ ਕਿਰਪਾ ਕਰੋ, ਮੈਂ ਮਹਾਰਾਜ ਜੀ ਦਾ ਜੀਵਨ ਚੰਗੀ ਤਰ੍ਹਾਂ ਕਹਿ ਸਕਾਂ। ਇਹ ਉਹਨਾਂ ਗੁਰਮੁਖ ਜਨਾਂ ਅੱਗੇ, ਸੰਤਾਂ ਅੱਗੇ, ਬ੍ਰਹਮ ਗਿਆਨੀਆਂ ਅੱਗੇ, ਮਹਾਤਮਾ ਅੱਗੇ, ਜਿਹਨਾਂ ਉੱਤੇ ਮਹਾਰਾਜ ਦੀ ਕਿਰਪਾ, ਅਰਦਾਸ ਕਰਕੇ ਫਿਰ ਉੱਥੋਂ ਹੀ ਕਥਾ ਸ਼ੁਰੂ ਕਰਦੇ ਹਨ ਜੀ। ਨਿਜ ਪ੍ਰਤਕੂਲ ਬਲੋਕ ਕੈ, ਕਹਿੰਦੇ ਨੇ ਹੁਣ ਅੱਜ ਸੁਰਤੀ ਲੈ ਕੇ ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਜਿਹੜਾ ਜਿੱਥੇ ਮਾਤਾ ਸੁਲੱਖਣੀ ਜੀ ਨੇ ਘਰੇ, ਜਦੋਂ ਉਹਨਾਂ ਨੇ ਵੇਖਿਆ ਮਾਤਾ ਸੁਲੱਖਣੀ ਜੀ ਨੇ ਵੀ ਇਹ ਕੀ ਉਲਟੀ ਰੀਤੀ ਹੋ ਗਈ, ਮਹਾਰਾਜ ਦਾ ਵਿਹਾਰ ਹੁਣ ਤਾਂ ਘਰ ਹੀ ਨਹੀਂ ਆ ਰਹੇ, ਹੱਟ ਤੇ ਵੀ ਨਹੀਂ ਜਾ ਰਹੇ, ਬੋਲ ਵੀ ਨਹੀਂ ਰਹੇ ਕਿਸੇ ਨਾਲ, ਕਬਰਸਤਾਨ ਚ ਸਮਾਧੀ ਲਾ ਲਈ ਹੈ। ਬੋਲ ਸੁਲੱਖਣੀ ਦਾਸ, ਕਹਿੰਦੇ ਮਾਤਾ ਸੁਲੱਖਣੀ ਜੀ ਨੇ ਇੱਕ ਸੇਵਕ ਨੂੰ ਸੱਦਾ ਭੇਜਿਆ ਆਪਣੇ ਕੋਲ ਬੁਲਾਇਆ ਜੀ, ਸਮਝਾਈ ਸਭ ਵਾਰਤਾ, ਉਸ ਸੇਵਕ ਨੂੰ ਸਾਰੀ ਗੱਲਬਾਤ ਦੱਸ ਕੇ ਸਮਝਾਈ ਹੈ। ਨਹਿਰ ਪਠਾਇਆ ਵਾਸ, ਨਹਿਰ ਪੇਕਿਆਂ ਨੂੰ ਕਹਿੰਦੇ, ਕਹਿੰਦੇ ਫਿਰ ਮਾਤਾ ਸੁਲੱਖਣੀ ਜੀ ਨੇ ਆਪਣੇ ਪੇਕੇ ਭੇਜਿਆ ਉਸ ਦਾਸ ਨੂੰ ਸਾਰੀ ਗੱਲ ਦੱਸ ਕੇ ਜੀ। ਮੂਲਾ ਸੁਣ ਤੋ ਘੋਟਾਲ ਕੋ, ਕਹਿੰਦੇ ਜਾ ਕੇ ਸੇਵਕ ਨੇ ਬਾਬੇ ਮੂਲ ਚੰਦ ਨੂੰ ਸਾਰੀ ਗੱਲ ਦੱਸੀ ਤੇ ਜਦੋਂ ਬਾਬੇ ਮੂਲੇ ਨੇ ਸੁਣਿਆ ਵੀ ਮੇਰਾ ਜਵਾਈ ਤਾਂ ਹੁਣ ਏਦਾਂ ਕਬਰਸਤਾਨ ਚ ਬਹਿ ਗਿਆ, ਸਾਰੀ ਗੱਲ ਸੁਣ ਲਈ ਜੀ। ਆਵਤ ਪਇਓ ਉਤਾਲ, ਉਤਾਲ ਹੁੰਦੀ ਛੇਤੀ, ਕਹਿੰਦੇ ਉਸੇ ਵੇਲੇ ਚੱਲ ਪਿਆ ਸੇਵਕ ਦੇ ਨਾਲ ਹੀ ਬਾਬਾ ਮੂਲ ਚੰਦ ਤੇ ਆ ਗਿਆ ਸੁਲਤਾਨਪੁਰੇ। ਗਿਣਤ ਗਟੀ ਔਰ ਅਟਪਟੀ, ਕਹਿੰਦੇ ਆਉਂਦੇ ਆਉਂਦੇ ਦੇ ਮਨ ਚ ਕਈ ਗਿਣਤੀਆਂ ਅਟਪਟੀਆਂ, ਕਦੇ ਮਨ ਉੱਪਰ ਜਾਂਦਾ, ਕਦੇ ਥੱਲੇ ਆਉਂਦਾ, ਕਦੇ ਕੁਝ ਸੋਚਦਾ, ਕਦੇ ਕੁਝ ਸੋਚਦਾ ਜੀ। ਆਵਤ ਕਸ਼ਟ ਵਿਸਾਲ, ਬੜਾ ਦੁਖੀ ਹੋ ਰਿਹਾ ਹਿਰਦਾ ਬਾਬੇ ਮੂਲ ਚੰਦ ਦਾ। ਨਿਜ ਪ੍ਰੋਧਾਇਕ ਸੰਗ ਲੈ, ਇੱਕ ਪ੍ਰੋਹਤ ਨੂੰ ਆਪਣੇ ਨਾਲ ਲੈ ਕੇ ਆ ਰਹੇ ਹਨ ਮੂਲ ਚੰਦ ਜੀ। ਆਵਾਪੁਰ ਸੁਲਤਾਨ, ਕਹਿੰਦੇ ਚੱਲਦੇ ਚੱਲਦੇ ਸੁਲਤਾਨਪੁਰ ਆਣ ਕੇ ਪਹੁੰਚ ਗਏ ਹਨ। ਸਹਿਤ ਨੇਹ ਕੇ ਸੁਤਾ ਸੋ, ਬਹੁਤ ਪ੍ਰੇਮ ਨਾਲ ਆਪਣੀ ਪੁੱਤਰੀ ਨੂੰ ਮਹਾਰਾਜ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਨੂੰ ਮਿਲੇ ਜੀ। ਮਿਲੇ ਹਿਰਦੇ ਅਕਲਾਨ, ਅਕਲਾਨ ਹੁੰਦਾ ਕਲਾਏ ਹੋਏ ਹਿਰਦੇ ਨਾਲ, ਵਿਆਕਲ ਹਿਰਦੇ ਨਾਲ ਆਪਣੀ ਪੁੱਤਰੀ ਨੂੰ ਆਣ ਕੇ ਬੜੇ ਪ੍ਰੇਮ ਨਾਲ ਮਿਲੇ ਹਨ। ਸਵਈਆ
ਮਿਲ ਬੈਸ ਗਿਓ ਜਬ ਬੂਝ ਤੇ ਭਇਆ ਤਬ। ਕਹਿੰਦੇ ਮਿਲ ਕੇ ਬੈਠ ਕੇ ਆਪਣੀ ਪੁੱਤਰੀ ਨੂੰ ਤੇ ਫਿਰ ਪੁੱਛਣ ਲੱਗੇ ਵੀ ਹਾਂ ਗੱਲ ਦੱਸ ਹੁਣ ਕੀ ਕੀਤਾ ਉਸਨੇ। ਬਾਤ ਬਖਾਨ ਕਰੀ ਪਿਤ ਪਾਸੂ, ਕਹਿੰਦੇ ਆਪਣੇ ਪਿਤਾ ਜੀ ਕੋਲ ਮਾਤਾ ਸੁਲੱਖਣੀ ਜੀ ਨੇ ਸਾਰੀ ਗੱਲ ਦੱਸੀ ਸੱਚੇ ਪਾਤਸ਼ਾਹ ਜੀ ਦੇ ਵਿਹਾਰ ਦੀ। ਪਤ ਭੇਖ ਫਕੀਰ ਸਰੀਰ ਧਰ, ਕੀ ਕਹਿਣ ਲੱਗੇ? ਕਹਿੰਦੇ ਵੀ ਪਿਤਾ ਜੀ ਮੇਰੇ ਪਤੀ ਨੇ ਤੇ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ ਹੈ। ਧਨ ਦੀਨ ਲੁਟਾਇ ਕੇ ਸ਼ੋਰ ਅਵਾਸੂ, ਕਹਿੰਦੇ ਧਨ ਤੇ ਬਹੁਤ ਵਧਿਆ ਸੀ, ਲੇਖੇ ਵਿੱਚ 760 ਰੁਪਈਏ ਬਚੇ ਸਨ, ਪਰ ਲੈ ਕੇ ਨੀ ਘਰੇ ਆਏ, ਸਾਰੇ ਦੌਲਤ ਖਾਂ ਦੇ ਕੋਲ ਹੀ ਛੱਡ ਦਿੱਤੇ ਹਨ। ਦਿਨ ਤੀਨ ਰਹੇ ਮਦ ਨੀਰ ਨਦੀ, ਕਹਿੰਦੇ ਪਹਿਲਾਂ ਤਾਂ 3 ਦਿਨ ਪਾਣੀ ਵਿੱਚ ਰਹੇ ਹਨ, ਨਦੀ ਵਿੱਚ ਚੁੱਭੀ ਮਾਰ ਕੇ ਅਲੋਪ ਹੋ ਗਏ ਸਨ। ਹੁਣ ਤੀਰ ਆਏ ਨਾ ਸ਼ਿਵ ਜਲ ਸਾ ਜਾਸੂ, ਕਹਿੰਦੇ ਫਿਰ ਉੱਥੋਂ ਹੀ ਪ੍ਰਗਟ ਹੋ ਗਏ 3 ਦਿਨਾਂ ਬਾਅਦ, ਤੇ ਜਲ ਉਹਨਾਂ ਦਾ ਕੁਝ ਨੀ ਵਿਗਾੜ ਸਕਿਆ, ਸ਼ੋਭ ਨੀ ਸਕਿਆ। ਤਰ ਗੋਰ ਮੜੀ ਮਹਿਆ ਸੁਨਕੀਨ, ਤੇ ਹੁਣ ਕਹਿੰਦੇ ਕਬਰਸਤਾਨ ਵਿੱਚ ਮੜੀਆਂ ਵਿੱਚ ਜਾ ਕੇ ਆਸਣ ਲਾ ਲਿਆ ਉਹਨਾਂ ਨੇ। ਕਹੇ ਨਾ ਸੁਣੇ ਜੋ ਭਨੇ ਕਸ਼ਤਾਸੂ, ਕਹਿੰਦੇ ਨਾ ਕਿਸੇ ਨਾਲ ਕੁਝ ਕਹਿੰਦੇ ਨੇ, ਨਾ ਕਿਸੇ ਦੀ ਸੁਣਦੇ ਨੇ, ਨਾ ਕਿਸੇ ਨੂੰ ਜਵਾਬ ਦਿੰਦੇ ਹਨ, ਚੁੱਪ ਕਰਕੇ ਅੱਖਾਂ ਬੰਦ ਕਰਕੇ ਬੈਠੇ ਹਨ। ਸੁਣ ਤਨ ਜਾ ਬਾਨੀ ਨਿਜ ਕੰਨ, ਕਹਿੰਦੇ ਤਨ ਜਾ ਹੁੰਦੀ ਪੁੱਤਰੀ, ਕਹਿੰਦੇ ਜਦੋਂ ਸਾਰੀ ਗੱਲ ਆਪਣੀ ਪੁੱਤਰੀ ਤੋਂ ਸੁਣੀ ਬਾਬੇ ਮੂਲ ਚੰਦ ਨੇ ਤਾਂ ਭਾਇਓ ਕ੍ਰੋਧ ਮੈਂ ਬਹੁ ਗੱਲ ਕੰਨ, ਕਹਿੰਦੇ ਗੁੱਸਾ ਇੰਨਾ ਆਇਆ ਨਾ ਉਹਨਾਂ ਨੂੰ, ਕ੍ਰੋਧ ਨਾਲ ਸਰੀਰ ਹੀ ਕੰਬਣ ਲੱਗ ਪਿਆ ਉਹਨਾਂ ਦਾ ਜੀ। ਫਰਕਤ ਅਧਰ ਲਾਲ ਕੀ ਹੈ ਨੈਣਾ, ਕਹਿੰਦੇ ਫਰਕਤ ਅਧਰ ਹੁੰਦੇ ਬੁੱਲ, ਕਹਿੰਦੇ ਗੁੱਸੇ ਨਾਲ ਬੁੱਲ ਫਰਕਣ ਲੱਗ ਪਏ, ਤੇ ਲਾਲ ਕੀ ਹੈ ਨੈਣਾ, ਅੱਖਾਂ ਲਾਲ ਹੋ ਗਈਆਂ ਉਸੇ ਵੇਲੇ ਬਾਬੇ ਮੂਲ ਚੰਦ ਦੀਆਂ। ਮੁੱਖ ਤੇ ਬਹੁ ਬਹੁਤ ਦੁਰਬੈਣ, ਕਹਿੰਦੇ ਮੁੱਖ ਤੋਂ ਉੱਥੇ ਹੀ ਕੌੜੇ ਕੌੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ, ਫਿੱਕੇ ਬੋਲ ਉੱਥੋਂ ਹੀ ਸ਼ੁਰੂ ਕਰ ਦਿੱਤੇ ਹਨ। ਦਰਬ ਲਟਾਮਨ ਕੀ ਸੁਧ ਸੁਣ ਕੇ, ਇਹ ਪਤਾ ਲੱਗਾ ਨਾ ਵੀ ਐਡੀ ਵੱਡੀ ਰਕਮ 760 ਰੁਪਈਏ ਤੇ ਸਾਰੇ ਛੱਡ ਕੇ ਆ ਗਿਆ, ਘਰੇ ਕੁੱਝ ਵੀ ਨੀ ਲਿਆਂਦਾ। ਸਹਿ ਨਾ ਸਕਿਓ ਗਮ ਨਿਉ ਸਿਰ ਸਿਰ ਧੁਨ ਕੇ, ਕਹਿੰਦੇ ਫਿਰ ਇਹ ਫਿਰ ਨੀ ਜਰ ਸਕਿਆ ਬਾਬਾ ਮੂਲ ਚੰਦ, ਤੇ ਬੋਲਦਾ ਬੋਲਦਾ ਉਸੇ ਵੇਲੇ ਉੱਠ ਕੇ ਤੁਰ ਪਿਆ ਜੀ। ਬੇਦੀ ਕੁਲ ਕੋ ਕਲਸ ਸੁਹਾਵਨ, ਜਿੱਥੇ ਬੇਦੀਆਂ ਦੇ ਕੁਲ ਦੇ ਮੁਕਟ ਸਰੂਪ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ। ਜਹਿਮ ਵੈਸੇ ਜਿਨ ਕੀਰਤ ਪਾਵਨ, ਕੀਰਤੀ ਪਾਵਨ ਪਵਿੱਤਰ ਹੈ, ਜਿੱਥੇ ਬੈਠੇ ਸਨ ਨਾ ਕਬਰਸਤਾਨ ਵਿੱਚ ਚੌਂਕੜਾ ਲਾ ਕੇ, ਉਧਰ ਨੂੰ ਤੁਰ ਪਿਆ ਬਾਬਾ ਮੂਲ ਚੰਦ। ਕਹਾਂ ਆਏ ਬੋਲਿਓ ਦੁਰਬਾਣੀ, ਕਹਿੰਦੇ ਫਿਰ ਆ ਕੇ ਬੈਠ ਕੇ ਨਾ ਮਹਾਰਾਜ ਦੇ ਸਾਹਮਣੇ, ਤੇ ਏਦਾਂ ਫਿਰ ਕੌੜੇ ਕੌੜੇ ਬਚਨ ਬੋਲਿਆ ਜੀ। ਤੂੰ ਜਨਮਿਓ ਹਾਨੀ ਕੁਲ ਕਾਨੀ, ਕਹਿਣ ਲੱਗਿਆ ਕਹਿੰਦੇ ਤੂੰ ਜਨਮਿਓ ਹਾਨੀ ਕੁਲ ਹਾਨੀ, ਕਹਿੰਦੇ ਤੂੰ ਜਦੋਂ ਦਾ ਜੰਮਿਆ ਨਾ ਬਸ ਤੂੰ ਆਪਣੀ ਕੁਲ ਦੀ ਹਾਨੀ ਕਰਨ ਡਿਆ, ਕੋਈ ਚੰਗਾ ਸੁਨੇਹਾ ਤਾਂ ਤੇਰੇ ਵੱਲੋਂ ਆਇਆ ਨੀ ਅਜੇ ਤੱਕ। ਮਾਤ ਪਿਤਾ ਕੀ ਦਾਹਤ ਛਾਤੀ, ਕਹਿੰਦੇ ਵਿਆਹ ਤੋਂ ਪਹਿਲਾਂ ਤਾਂ ਆਪਣੇ ਮਾਤਾ ਪਿਤਾ ਦੀ ਛਾਤੀ ਸਾੜਦਾ ਰਿਹਾ ਤੂੰ। ਅਲਪ ਵੈਸ ਤੇ ਤੂੰ ਧਨ ਘਾਤੀ, ਮੈਨੂੰ ਇਹ ਵੀ ਪਤਾ ਲੱਗਾ ਛੋਟੀ ਉਮਰ ਤੋਂ ਹੀ ਤੂੰ ਤੇ ਧਨ ਦਾ ਨੁਕਸਾਨ, ਧਨ ਦਾ ਤੇ ਵੈਰੀ ਆ ਤੂੰ, ਛੋਟੀ ਉਮਰ ਤੋਂ ਹੀ ਮੈਨੂੰ ਇਹ ਵੀ ਪਤਾ ਲੱਗਾ ਹੈ। ਦੋਹਰਾ ਬਿਨ ਗੁਣ ਪਰਖੇ ਬਿਨ ਪਿਖੇ, ਕਹਿੰਦੇ ਬਿਨਾ ਗੁਣ ਪਰਖੇ ਤੋਂ ਤੇ ਬਿਨਾ ਤੈਨੂੰ ਵੇਖੇ ਤੋਂ ਸੁਤਾ ਕੀਨ ਸੰਬੰਧ, ਮੈਂ ਐਵੇਂ ਹੀ ਆਪਣੀ ਪੁੱਤਰੀ ਤੇਰੇ ਨਾਲ ਵਿਆਹ ਬੈਠਾ, ਨਾ ਮੈਂ ਤੇਰੇ ਬਾਰੇ ਪਹਿਲਾਂ ਚੰਗੀ ਤਰ੍ਹਾਂ ਪਤਾ ਕੀਤਾ, ਨਾ ਮੈਂ ਤੈਨੂੰ ਚੰਗੀ ਤਰ੍ਹਾਂ ਦੇਖਿਆ ਸੀ। ਤਬ ਕੋ ਮੈਂ ਦੁੱਖ ਪਾਏ ਹਾਂ, ਕਹਿਣ ਲੱਗੇ ਵਿਆਹ ਤੋਂ ਬਾਅਦ ਤੂੰ ਮੈਨੂੰ ਦੁਖੀ ਕੀਤਾ ਤੇ ਪਹਿਲਾਂ ਆਪਣੇ ਮਾਤਾ ਪਿਤਾ ਨੂੰ ਕਰਦਾ ਰਿਹਾ ਹੈ। ਸੁੱਖ ਨਾ ਪਿਖਿਓ ਭੇ ਸੰਦ, ਕਹਿੰਦੇ ਜਦੋਂ ਦਾ ਤੂੰ ਸੰਬੰਧੀ ਹੋਇਆ ਸਾਡਾ ਸੁੱਖ ਤਾਂ ਵੇਖਣ ਨੂੰ ਮਿਲਿਆ ਹੀ ਨਹੀਂ ਹੈ। ਪਿਤਾ ਸਮਾਨ ਜਾਣ ਗੁਣ ਐਨਾ, ਕਹਿੰਦੇ ਉਹ ਬੋਲੀ ਗਏ ਬਾਬਾ ਮੂਲ ਚੰਦ ਕ੍ਰੋਧ ਨਾਲ, ਪਰ ਆਪਣੇ ਪਿਤਾ ਸਮਾਨ ਜਾਣ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਚੁੱਪ ਕੀਤੇ ਰਹੇ ਹਨ। ਦੂਸ਼ਣ ਰਹੇ ਨਾ ਬੋਲੇ ਬੈਨ, ਦੂਸ਼ਣ ਚੁੱਪ ਕਰਨ ਨੂੰ ਕਹਿੰਦੇ, ਕਹਿੰਦੇ ਨੇ ਕੋਈ ਬੋਲ ਨੀ ਮਹਾਰਾਜ ਜੀ ਨੇ ਬੋਲਿਆ, ਚੁੱਪ ਕਰਕੇ ਸਭ ਕੁਝ ਸੁਣੀ ਗਏ ਜੀ। ਬਹੁ ਦੁਰਬਚਨ ਭਾਹ ਕਰ ਮੂਲਾ, ਕਹਿੰਦੇ ਥੱਕ ਗਿਆ ਨਾ ਜਦੋਂ ਕਹਿ ਕਹਿ ਕੇ ਬਾਬਾ ਮੂਲ ਚੰਦ, ਜੋ ਦੁਰਬਚਨ ਕਹਿਣੇ ਸੀ ਕਹਿ ਦਿੱਤੇ ਸਾਰੇ। ਹੋਰ ਆਇਆ ਜੇ ਮਤ ਪ੍ਰਤਕੂਲਾ, ਕਹਿੰਦੇ ਨੇ ਫਿਰ ਮੁੜ ਆਇਆ ਕਿਉਂਕਿ ਗੱਲ ਹੀ ਨੀ ਸੁਣੀ ਮਹਾਰਾਜ ਨੇ, ਮਹਾਰਾਜ ਚੁੱਪ ਕਰਕੇ ਬੈਠੇ ਰਹੇ ਹਨ। ਈਸ਼ ਜਗਦੈਵ, ਕਹਿੰਦੇ ਭੇਦ ਨੀ ਨਾ ਜਾਣਦਾ ਮਹਾਰਾਜ, ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਨੇ, ਈਸ਼ਵਰ ਸਰੂਪ ਹਨ। ਰਿਸ ਸੂ ਛਾਤੀ ਗਰਤ ਸਦੈਵ, ਕਹਿੰਦੇ ਬਸ ਗੁੱਸੇ ਨਾਲ ਛਾਤੀ ਸੜ ਰਹੀ ਹੈ ਇਸ ਵੇਲੇ ਕ੍ਰੋਧ ਨਾਲ ਹੀ। ਪੂਰਬ ਸੂਰ ਹੈ ਗਟੀ ਗੁਣੰਤ, ਕਹਿੰਦੇ ਨੇ ਇਸੇ ਤਰ੍ਹਾਂ ਗਿਣਤੀਆਂ ਮਿਣਤੀਆਂ ਜੀਆਂ ਉਹਨਾਂ ਦੇ ਮਨ ਚ ਆਈ ਜਾਂਦੀਆਂ ਹਨ। ਬਿਨਾਂ ਲਖੇ ਅਤ ਹੋਏ ਦੁਖਵੰਤ, ਬਿਨਾਂ ਜਾਣੇ ਤੋਂ ਮਹਾਰਾਜ ਜੀ ਦੀ ਗਤੀ ਨੂੰ ਦੁਖੀ ਹੋ ਰਿਹਾ, ਦੁਖੀ ਹੋਣ ਵਾਲੀ ਗੱਲ ਕੋਈ ਨੀ ਸੀ, ਪਰ ਕਿਉਂਕਿ ਅਣਜਾਣ ਬੰਦਾ ਗਿਆਨੀ ਉਹ ਕਿਸੇ ਹੋਰ ਤਰੀਕੇ ਨਾਲ ਦੇਖਦਾ, ਸਮਾਜਿਕ ਦ੍ਰਿਸ਼ਟੀ ਹੋਰ ਹੁੰਦੀ ਹੈ ਤੇ ਪਰਮਾਰਥੀ ਰਸਤਾ ਹੋਰ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤ ਹਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਇਹ ਵੱਖਰਾ ਰਸਤਾ ਹੁੰਦਾ। ਹੁਣ ਉਹ ਸਮਾਜਿਕ ਦ੍ਰਿਸ਼ਟੀ ਤੋਂ ਦੇਖਦੇ ਇਸ ਕਰਕੇ ਗੁੱਸੇ ਵਿੱਚ ਹਨ। ਦੋਹਰਾ ਜਿਹ ਜਿਜ ਕੀ ਸੰਗਤ ਕਰਤ, ਕਹਿੰਦੇ ਜਿਨ੍ਹਾਂ ਦੀ ਸੰਗਤ ਕਰਕੇ ਇਹ ਟਿਕ ਬੈਸੇ ਹੋ ਜਾਏ, ਕਹਿੰਦੇ ਨੇ ਜਿਸ ਤਰ੍ਹਾਂ ਜਿਹੜੇ ਵਿਰੋਧ ਨੂੰ ਨਾਲ ਲੈ ਕੇ ਆਏ ਸੀ ਨਾ ਬਾਬਾ ਮੂਲ ਚੰਦ ਜੀ,
ਤੇ ਬੋਲਦੇ ਬੋਲਦੇ ਫਿਰ ਉਹਦੇ ਕੋਲ ਆਣ ਕੇ ਬੈਠ ਗਏ ਹਨ। ਮਨ ਕੇ ਦੁੱਖ ਵਰਣਨ ਕਰੇ, ਕਹਿੰਦੇ ਆਪਣੇ ਮਨ ਦਾ ਜਿਹੜਾ ਬਾਕੀ ਰਹਿੰਦਾ ਸੀ ਨਾ ਗਵਾਰ ਕੱਢਣ ਵਾਲਾ, ਜੋ ਮਹਾਰਾਜ ਨੂੰ ਕਹਿਣਾ ਸੀ ਕਹਿ ਆਏ, ਉਸ ਤੋਂ ਬਾਅਦ ਉੱਠ ਕੇ ਆਣ ਕੇ ਉਸ ਪੁਰੋਹਿਤ ਕੋਲ ਬੈਠ ਕੇ ਜਿਹੜਾ ਬਟਾਲੇ ਤੋਂ ਨਾਲ ਆਇਆ ਸੀ, ਹੁਣ ਉਹਦੇ ਕੋਲ ਆਣ ਕੇ ਬਾਕੀ ਆਪਣਾ ਮਨ ਹੌਲਾ ਕਰ ਰਹੇ ਹਨ। ਰੋਤ ਪਾਇਓ ਦੁੱਖ ਪਾਏ, ਕਹਿੰਦੇ ਰੋਂਦੇ ਨੇ ਬਾਬਾ ਮੂਲ ਚੰਦ ਜੀ, ਬੜੇ ਦੁਖੀ ਹਨ। ਸੋਰਠ ਇੱਕ ਦਿਵਸ ਸੁਖ ਨਾ ਹੈ, ਕੀ ਕਹਿਣ ਡੇ ਨੇ ਪ੍ਰੋਤ ਨੂੰ, ਕਹਿੰਦੇ ਇੱਕ ਦਿਨ ਵੀ ਸੁਖ ਦਾ ਨੀ ਇਹਨੇ ਵੇਖਣ ਦਿੱਤਾ ਸਾਨੂੰ। ਜਬ ਕੀ ਸੁਤਾ ਵਿਵਾਹ ਦੀ, ਜਦੋਂ ਦੀ ਪੁੱਤਰੀ ਇਹਦੇ ਨਾਲ ਵਿਆਹ ਬੈਠੇ ਹਾਂ। ਵੈਸੇ ਗੁਰ ਨਮਾ ਹੈ, ਤੇ ਕਹਿੰਦੇ ਹੁਣ ਕਬਰਸਤਾਨ ਚ ਜਾ ਕੇ ਬੈਠ ਗਿਆ, ਸਾਰੀ ਕਸਰੀ ਨਿਕਲ ਗਈ ਹੈ। ਪਜ ਤੁਰਨੀ ਘਰ ਘਰ ਸਭ, ਕਹਿੰਦੇ ਘਰ ਬਾਰ ਬੱਚੇ ਸਾਰਾ ਛੱਡ ਕੇ ਹੁਣ ਜਾ ਕੇ ਉੱਥੇ ਬੈਠ ਗਿਆ ਕਬਰਸਤਾਨ ਵਿੱਚ। ਦੋਹਰ ਸੁਣ ਕਰ ਆ ਤੁਰ ਬਚਨ, ਤੇ ਕਹਿੰਦੇ ਨੇ ਬਾਬਾ ਮੂਲ ਚੰਦ ਜੀ ਦੇ ਦੁੱਖ ਵਾਲੇ ਬਚਨ ਸੁਣ ਕੇ, ਉਹ ਪ੍ਰੋਤ ਸੀ ਜਿਹੜਾ, ਜਜਬਰ ਕੀ ਉਹ ਪਿਆਨ, ਉਹ ਕਹਿੰਦਾ ਚੰਗਾ ਜੀ ਫਿਰ ਪਿਆਨ ਦਾ ਅਰਥ ਹੁੰਦਾ ਜਾਣਾ, ਉਹ ਕਹਿੰਦਾ ਚਲੋ ਇੱਕ ਵਾਰੀ ਮੈਂ ਜਾ ਕੇ ਦੇਖਦਾ ਗੱਲ ਕਰਕੇ ਮਹਾਰਾਜ ਦੇ ਨਾਲ। ਚਲ ਹੋ ਤੇ ਸਹਿ ਸਮਝਾਏ ਹੈ, ਕਹਿੰਦੇ ਤੁਸੀਂ ਮੇਰੇ ਨਾਲ ਚਲੋ ਹੁਣ ਇੱਕ ਵਾਰੀ ਫਿਰ, ਕਿਉਂਕਿ ਪਹਿਲਾਂ ਬਾਬਾ ਮੂਲ ਚੰਦ ਜੀ ਨੇ ਤਾਂ ਉਹਨੂੰ ਲਿਆ ਹੀ ਨਹੀਂ ਸੀ ਨਾ, ਗੁੱਸਾ ਹੀ ਆ ਗਿਆ ਇਕਦਮ ਗੱਲ ਸੁਣ ਕੇ ਤੇ ਉੱਥੋਂ ਹੀ ਨਿਕਲ ਗਏ ਗੱਲਾਂ ਕਰਦੇ ਕਰਦੇ। ਹੁਣ ਉਹ ਪ੍ਰੋਤ ਕਹਿੰਦਾ ਇੱਕ ਵਾਰੀ ਮੇਰੇ ਨਾਲ ਫਿਰ ਚਲੋ ਤੇ ਮੈਂ ਗੱਲ ਕਰਦਾ ਜਾ ਕੇ ਮਹਾਰਾਜ ਨਾਲ। ਆਸ ਵਿਦ ਕਰ ਤਬ ਖਾਨ, ਏਦਾਂ ਕਹਿੰਦਾ ਕਹਿੰਦਾ ਬਾਬੇ ਮੂਲ ਚੰਦ ਨੂੰ ਨਾਲ ਲੈ ਕੇ ਤੇ ਉਹ ਪ੍ਰੋਤ ਜਿਹੜਾ ਸੀ ਸੱਚੇ ਪਾਤਸ਼ਾਹ ਜੀ ਵੱਲ ਨੂੰ ਤੁਰ ਪਿਆ ਜੀ। ਤਬਿਤ ਬੇਦੀ ਕੋਲ ਮੰਡਲ ਸਕਲ ਦੁੱਖ ਮਨ ਖੰਡਨ, ਸਾਰੇ ਦੁੱਖਾਂ ਦਾ ਦੂਰ ਕਰ ਦੇਣ ਵਾਲੇ, ਇਸ ਸੰਸਾਰ ਨੂੰ ਸਵਾਰ ਦੇਣ ਵਾਲੇ, ਜੀਵਾਂ ਦਾ ਭਲਾ ਕਰਨ ਵਾਲੇ ਬੇਦੀਆਂ ਦੇ ਕੋਲ ਦੇ ਸ਼੍ਰੋਮਣੀ ਮਹਾਰਾਜ ਜਿੱਥੇ ਬੈਠੇ ਸਨ ਜੀ। ਪਖੰਡਨ ਕੁਦੰਡਨ ਸਰੂਪ ਜਿਹੇ ਧਾਰਿਆ, ਜਿਨ੍ਹਾਂ ਨੇ ਪਖੰਡ ਦਾ ਨਾਸ ਕਰਨ ਵਾਸਤੇ ਆਪਣਾ ਅਵਤਾਰ ਧਾਰਨ ਕੀਤਾ ਹੈ। ਮੂਲਾ ਲਈਏ ਪੰਡਿਤ ਜਹਾਂ ਹੈ ਮਹਾਮੰਡਤ ਨਿਕਟ, ਕਹਿੰਦੇ ਨੇ ਜਿੱਥੇ ਬੈਠੇ ਸਨ ਸੱਚੇ ਪਾਤਸ਼ਾਹ ਜੀ ਬਾਬਾ ਮੂਲ ਚੰਦ, ਉਸ ਪ੍ਰੋਤ ਨੂੰ ਲੈ ਕੇ ਉੱਥੇ ਫਿਰ ਪਹੁੰਚ ਗਏ ਜੀ। ਨਿਕਟ ਬੈਠ ਤੁੰਡ ਤੇ ਜੂ ਬਚਨ ਉਚਾਰਿਆ, ਸਾਹਮਣੇ ਬਹਿ ਕੇ ਪ੍ਰੋਤ ਨੇ ਤੁੰਡ ਤੇ ਹੁੰਦਾ ਮੁੱਖ ਤੋਂ, ਕਹਿੰਦੇ ਨੇ ਹੁਣ ਸਾਹਮਣੇ ਬਹਿ ਕੇ ਤੇ ਪ੍ਰੋਤ ਆਪਣੇ ਮੁੱਖ ਤੋਂ ਮਹਾਰਾਜ ਜੀ ਨੂੰ ਏਦਾਂ ਆਖਣ ਲੱਗਾ ਜੀ। ਬਾਲ ਬੁੱਧਲੀਨ ਕਾਚੀ ਬਾਤੇ ਸਭ ਕੀਨੀ ਤੁਮ, ਕਹਿੰਦੇ ਵੀ ਇਹ ਕੀ ਬੱਚਿਆਂ ਵਾਲੀਆਂ ਗੱਲਾਂ ਕਰ ਰਹੇ ਜੇ ਤੁਸੀਂ, ਸਾਰੀਆਂ ਕੱਚੀਆਂ ਕੱਚੀਆਂ। ਬੋਧੀ ਕ੍ਰਿਤ ਸ਼ੋਰ ਦੀਨ ਅਨੇਕੇ ਨਾ ਵਿਚਾਰਿਆ, ਲੱਗੇ ਮੋਦੀ ਦੀ ਐਡੀ ਵੱਡੀ ਕਿਰਤ ਛੱਡ ਦਿੱਤੀ ਤੇ ਥੋੜਾ ਜਿਹਾ ਵੀ ਨੀ ਆਪਣੇ ਮਨ ਚ ਵਿਚਾਰਿਆ ਤੁਸੀਂ, ਏਦਾਂ ਤਾਂ ਬੱਚਾ ਵੀ ਨੀ ਕਰਦਾ। ਮਾਤ ਪਿਤਾ ਲਾਜ ਤਜ ਦੇਹ ਅਸ ਭੇਖ ਸਜ, ਮਾਤਾ ਪਿਤਾ ਦੀ ਸਾਰੀ ਲੱਜਿਆ ਛੱਡ ਕੇ ਤੇ ਕੀ ਫਕੀਰਾਂ ਵਾਲਾ ਭੇਖ ਧਾਰਨ ਕਰ ਲਿਆ ਤੁਸੀਂ। ਦੁਸ਼ਟ ਮਸਾਨ ਥਾਨ ਪਏ ਹਿਤ ਕਰਿਆ, ਇਸ ਭ੍ਰਿਸ਼ਟ ਥਾਂ ਤੇ ਕਬਰਸਤਾਨ ਵਿੱਚ ਆਣ ਕੇ ਬੈਠ ਗਏ, ਜੇ ਤੁਹਾਡਾ ਘਰ ਹੈ ਇਸ ਨਗਰ ਵਿੱਚ, ਤੁਹਾਡਾ ਪਰਿਵਾਰ ਹੈ, ਤੁਹਾਡਾ ਬੱਚਾ ਹੈ, ਫਿਰ ਤੁਹਾਡੀ ਭੈਣ ਹੈ, ਸਾਰਾ ਕੁਝ ਹੈ, ਤੇ ਤੁਸੀਂ ਛੱਡ ਕੇ ਤੇ ਇਸ ਭ੍ਰਿਸ਼ਟ ਥਾਂ ਤੇ ਆਣ ਕੇ ਬੈਠਣਾ ਸੀ, ਏਦਾਂ ਪ੍ਰੋਤ ਮਹਾਰਾਜ ਜੀ ਨੂੰ ਕਹਿ ਰਿਹਾ ਹੈ। ਦੋਹਰ ਸੁਣ ਪੰਡਿਤ ਕੇ ਬੈਨ ਏਵ, ਕਹਿੰਦੇ ਉਸ ਪ੍ਰੋਹਤ ਦੀ, ਉਸ ਪੰਡਿਤ ਦੀ ਗੱਲ ਜਦੋਂ ਸਾਰੀ ਸੁਣ ਲਈ ਮਹਾਰਾਜ ਨੇ, ਜਦੋਂ ਬੋਲ ਕੇ ਸਭ ਚੁੱਪ ਕਰ ਗਿਆ ਤਾਂ ਸ੍ਰੀ ਨਾਨਕ ਜਗ ਕੰਤ, ਕਹਿੰਦੇ ਜਗਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਉਚਰਿਓ ਸ਼ਬਦ ਬਸੰਤਮ, ਕਹਿੰਦੇ ਬਸੰਤ ਰਾਗ ਦਾ ਇੱਕ ਸ਼ਬਦ ਸੱਚੇ ਪਾਤਸ਼ਾਹ ਜੀ ਨੇ ਹੁਣ ਉਹਦੇ ਹਿਰਦੇ ਨੂੰ ਠਾਰਨ ਵਾਸਤੇ ਏਦਾਂ ਉਚਾਰਨ ਕੀਤਾ। ਸੁਰਿਤ ਬਸੰਤ, ਕਿਉਂਕਿ ਰੁੱਤ ਵੀ ਬਸੰਤ ਚੱਲਦੀ ਪਈ ਸੀ ਤੇ ਬਸੰਤ ਰਾਗ ਦਾ ਹੀ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣਾਇਆ ਜੀ। ਬਸੰਤ ਹਿੰਡੋ ਮਹੱਲਾ ਪਹਿਲਾ, ਬਸੰਤ ਦਾ ਸਾਧ ਸੰਗਤ ਜੀ, ਬਸੰਤ ਰਾਗ ਦੀ ਕਿਸਮ ਹੰਡੋਲ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਹੰਡੋਲ ਜਾਤੀ ਵਿੱਚ ਇਸ ਤਰ੍ਹਾਂ ਬਚਨ ਕਰਦੇ ਸ਼ਬਦ ਨੂੰ, ਰਾਜਾ ਬਾਲਕ ਨਗਰੀ ਕਾਚੀ। ਸੋ ਇਹਦੇ ਅਰਥ ਸਾਧ ਸੰਗਤ ਜੀ ਇਸ ਸ਼ਬਦ ਦੇ ਅੱਗੇ ਆ ਜਾਣੇ ਨੇ, ਇਸ ਕਰਕੇ ਆਪਾਂ ਅਰਥ ਮੈਂ ਨਹੀਂ ਕਰਦਾ ਕਿਉਂਕਿ ਅੱਗੇ ਫਿਰ ਆਇਬ ਕੀਤੇ ਕਿਰਾਏ ਆਪਾਂ ਨੂੰ ਮਿਲ ਜਾਣੇ ਆ, ਨਹੀਂ ਤਾਂ ਫਿਰ ਡਬਲ ਹੋ ਜਾਣਗੇ। ਸ਼ਬਦ ਗੁਰਮੁਖ ਸੁਣਾ ਦਿੰਦੇ ਤੁਹਾਨੂੰ, ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ, ਦੋਏ ਮਾਏ ਦੋਏ ਬਾਪਾ ਪੜੀਐ ਪੰਡਤ ਕਰੋ ਵਿਚਾਰ, ਸਵਾਮੀ ਪੰਡਤਾ ਤੁਮ ਦੇਹੋ ਮਤੀ ਕਿਨ ਬਿਦ ਪਾਵੋ ਪ੍ਰਾਣਪਤੀ। ਇਥੋਂ ਤੱਕ ਸਾਧ ਸੰਗਤ ਜੀ ਇੱਕ ਬੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਤੇ ਹੁਣ ਇਹਦੇ ਅਰਥ ਸੁਣੋ ਵੀ ਕੀ ਕਿਹਾ ਉਸ ਪ੍ਰੋਤ ਨੂੰ ਸੱਚੇ ਪਾਤਸ਼ਾਹ ਜੀ ਨੇ। ਚੌਪਈ ਮਨ ਰਾਜਾ ਬਾਲਕ ਸਮਝੋ, ਮਹਾਰਾਜ ਕਹਿਣ ਲੱਗੇ ਸਮਝ ਲਓ ਵੀ ਇਹ ਮਨ ਇੱਕ ਰਾਜਾ ਹੀ ਹੈ, ਪਰ ਇਹ ਰਾਜਾ ਕਿਵੇਂ ਜਿਵੇਂ ਇੱਕ ਬੱਚੇ ਨੂੰ ਰਾਜਗੱਦੀ ਉੱਤੇ ਬਿਠਾਲ ਦਈਏ ਜੀ। ਨਿਤ ਪ੍ਰਤ ਗਿਆਨ ਹੋ ਚੰਚਲ ਸੋ, ਤੇ ਜਿਵੇਂ ਬਾਲਕ ਜਿਹੜਾ ਬਹੁਤ ਸਿਆਣਾ ਨਹੀਂ ਹੁੰਦਾ, ਉਹਨੂੰ ਬਹੁਤ ਗਿਆਨ ਨਹੀਂ ਹੁੰਦਾ, ਉਤਾਰ ਚੜਾ ਨਹੀਂ ਆਉਂਦੇ, ਉਹ ਗਿਆਨ ਤੋਂ ਹੀਣ ਕਰਕੇ ਉਹਦਾ ਮਨ ਇੱਕ ਬਾਲਕ ਅਵਸਥਾ ਕਰਕੇ ਜਿਵੇਂ ਚੰਚਲ ਹੁੰਦਾ ਨਾ, ਇਵੇਂ ਕਹਿੰਦੇ ਪੰਡਿਤ ਜੀ
ਤੁਹਾਡਾ ਸੰਸਾਰੀ ਲੋਕਾਂ ਦਾ ਮਨ ਚੰਚਲ ਹੈ ਤੇ ਉਵੇਂ ਮਨ ਰਾਜਾ ਹੀ ਹੈ ਕਿਉਂਕਿ ਸਾਰੇ ਸਰੀਰ ਤੇ ਰਾਜ ਕਰਦਾ ਪਿਆ। ਨੀਤ ਨਸੀਖੋ ਰੂਪ ਗਿਆਨ, ਕਹਿੰਦੇ ਨੇ ਆਪਣਾ ਜਿਹੜਾ ਗਿਆਨ ਸਰੂਪ ਹੈ ਨਾ ਉਹਦੀ ਤੇ ਸਿੱਖਿਆ, ਜਿਵੇਂ ਰਾਜੇ ਨੂੰ ਬਾਲਕ ਨੂੰ ਰਾਜਾ ਬਣਾ ਦੇਈਏ ਤੇ ਉਹਨੂੰ ਨੀ ਪਤਾ ਹੁੰਦਾ ਵੀ ਕੀ ਗਿਆਨ ਕਿਹਨੂੰ ਕਹਿੰਦੇ ਨੇ, ਚੰਗਾ ਮਾੜਾ ਕੀ ਹੁੰਦਾ। ਕਹਿੰਦੇ ਇਸੇ ਤਰ੍ਹਾਂ ਪੰਡਿਤ ਜੀ ਤੁਹਾਨੂੰ ਅਸਲ ਵਿੱਚ ਇਹ ਨੀ ਪਤਾ ਵੀ ਆਤਮਾ ਦਾ ਗਿਆਨ ਕਿਹਨੂੰ ਕਹਿੰਦੇ ਹਨ। ਖੇਲ ਰਚਿਓ ਸੁਖ ਵਿਸ਼ੇ ਮਹਾਨ, ਬਸ ਕਹਿੰਦੇ ਤੁਹਾਡਾ ਮਨ ਤਾਂ ਵਿਸ਼ਿਆਂ ਦੇ ਸੁਖ ਵਿੱਚ ਹੀ ਖੇਡ ਰਿਹਾ ਹੈ। ਕਾਚੀ ਨਗਰੀ ਮੈਂ ਇਹ ਬਸ, ਕਹਿੰਦੇ ਕੱਚਾ ਸਰੀਰ ਹੈ ਜਿਹਦਾ ਰਾਜਾ ਬਣ ਕੇ ਮਨ ਬੈਠਾ ਹੋਇਆ, ਜਿਵੇਂ ਕਿਸੇ ਬਾਲਕ ਨੂੰ ਰਾਜਾ ਬਣਾ ਦਈਏ ਤੇ ਉਹਦੀ ਨਗਰੀ ਉਹਦੀ ਰਾਜਧਾਨੀ ਵੀ ਸਾਰੀ ਕੱਚੀ ਹੋਵੇ ਜੀ। ਆਜ ਕਾਲ ਜੇ ਹੋਏ ਬਿਨਾਸ਼, ਕਹਿੰਦੇ ਨੇ ਇਹ ਸਰੀਰ ਅੱਜ ਕੱਲ ਨਾਸ ਹੋ ਜਾਣ ਵਾਲਾ, ਤੁਹਾਨੂੰ ਇਹ ਤਾਂ ਚੇਤਾ ਭੁੱਲ ਗਿਆ ਤੇ ਚੰਚਲ ਮਨ ਦੇ ਨਾਲ ਸਿਰਫ ਵਿਸ਼ਿਆਂ ਦੇ ਸੁੱਖ ਵਿੱਚ ਤੁਸੀਂ ਪ੍ਰਵਿਰਤ ਜੇ, ਆਤਮ ਗਿਆਨ ਦੀ ਤੁਹਾਨੂੰ ਕੋਈ ਸੋਝੀ ਨਹੀਂ ਹੈ। ਨਿਤ ਤਿਰ ਜਾਂ ਤਕੀਨ ਸੁਨੇਹਾ, ਕਹਿੰਦੇ ਫਿਰ ਰੋਜ਼ ਰੋਜ਼ ਉਹਨਾਂ ਚੀਜ਼ਾਂ ਨਾਲ ਸੁਨੇਹ ਕਰਦੇ ਹੋ ਤੁਸੀਂ। ਹੈ ਕਾਲ ਪਰੇ ਜਬ ਮੇਹ, ਕਹਿੰਦੇ ਜਦੋਂ ਮੀਂਹ ਪੈਣ ਤੋਂ ਕੱਚੀ ਜਿਹੜੀ ਬਾਲਕ ਦੀ ਨਗਰੀ ਹੋਵੇ ਨਾ, ਰੇਤ ਦੀ ਬਣਾਈ, ਬਾਲਕ ਨੇ ਰੇਤ ਦੇ ਘਰ ਬਣਾਏ ਹੋਣ ਗਿੱਲੀ ਗਿੱਲੀ ਰੇਤ ਦੇ ਤੇ ਮੀਂਹ ਪਾਵੇ ਤੇ ਢਹਿ ਜਾਂਦੇ ਨਾ ਸਾਰੇ, ਕਹਿੰਦੇ ਇਸੇ ਤਰ੍ਹਾਂ ਜਦੋਂ ਕਾਲ ਦਾ ਮੀਂਹ ਪਿਆ ਸਰੀਰ ਨੇ ਤਾਂ ਰਹਿਣਾ ਕੋਈ ਨੀ। ਇਸ ਗੱਲ ਦਾ ਤੁਹਾਨੂੰ ਪੰਡਿਤ ਜੀ ਚੇਤਾ ਕੋਈ ਨੀ ਤਾਂ ਉਪਰੋਂ ਆਣ ਕੇ ਮੈਨੂੰ ਸਿੱਖਿਆ ਦੇ ਰਹੇ ਜੇ ਵੀ ਤੂੰ ਛੱਡ ਕੇ ਮੋਦੀ ਦੀ ਕਿਰਤ ਛੱਡ ਕੇ ਆਪਣਾ ਪਰਿਵਾਰ ਇੱਥੇ ਕਬਰਸਤਾਨ ਚ ਬੈਠ ਗਿਆ ਹੈ। ਅਚਾਨਕ ਗਰ ਇਹ ਸਾਰੀ, ਮਹਾਰਾਜ ਕਹਿਣ ਲੱਗੇ ਜਿਵੇਂ ਮੀਂਹ ਪੈਣ ਤੋਂ ਕੱਚੀ ਨਗਰੀ ਸਾਰੀ ਗਲ ਜਾਂਦੀ ਹੈ ਨਾ, ਬਾਲਕਾਂ ਨੇ ਖੇਡ ਖੇਡ ਚ ਜਿਹੜੀ ਬਣਾਈ ਹੋਵੇ, ਇਸੇ ਤਰ੍ਹਾਂ ਇਹ ਸਰੀਰ ਦੇ ਉੱਤੇ ਜਦੋਂ ਕਾਲ ਦਾ ਡੰਡਾ ਵੱਜਿਆ ਤੇ ਇਹਦੀ ਕੋਈ ਮਨਿਆਦ ਨਹੀਂ। ਨੇ ਮਨਿਆਦੀ ਦੇਹ ਮਹਾਰਾਜ ਜੀ ਨੇ ਆਖਿਆ ਜੀ, ਆਪ ਸੋਝੀ ਹੋਏ ਦੁੱਖ ਮਝਾਰੀ, ਕਹਿੰਦੇ ਉਦੋਂ ਸੋਝੀ ਆਵੇਗੀ, ਉਦੋਂ ਦੁੱਖ ਲੱਗੇਗਾ ਜਦੋਂ ਜਮਾਂ ਦਾ ਡੰਡਾ ਜਮਕਾ ਡੰਡ ਮੂੰਡ ਮੈਂ ਲੱਗ ਗਿਆ ਖਿਣਮੈ ਕਰੇ ਨਵੇਰਾ, ਫਿਰ ਕੀ ਕਰੋਗੇ ਦੱਸੋ। ਪੰਜ ਦੁਸ਼ਟ ਸੋ ਕਰਤ ਪਿਆਰ, ਮਹਾਰਾਜ ਕਹਿੰਦੇ ਨੇ ਪੰਜਾਂ ਦੁਸ਼ਟਾਂ ਨਾਲ ਤੁਹਾਡਾ ਬਹੁਤ ਪਿਆਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ। ਸੋ ਤਿਹ ਕੇ ਨਿਤ ਕਾਜ ਵਿਗਾਰੂ, ਕਹਿੰਦੇ ਉਹ ਹੀ ਤਾਂ ਸਾਰੇ ਕਾਜ ਵਿਗਾੜ ਰਹੇ ਨੇ ਤੇ ਉਹੀ ਗੱਲਾਂ ਤੁਸੀਂ ਆਣ ਕੇ ਮੈਨੂੰ ਦੱਸ ਦੇ ਜੇ ਆਪ ਉਹਦੇ ਚੋਂ ਨਿਕਲੇ ਨੀ ਹਾਲੇ ਤੱਕ। ਦੋਹਰਾ ਕਾਮ ਕ੍ਰੋਧ ਅਰ ਲੋਭ ਪੁਨ, ਮਹਾਰਾਜ ਨੇ ਆਖਿਆ ਪੰਡਿਤ ਜੀ ਕਾਮ ਕ੍ਰੋਧ ਤੇ ਫਿਰ ਉਪਰੋਂ ਲੋਭ ਮੋਹ ਬਲੀ ਹੰਕਾਰ, ਕਹਿੰਦੇ ਨੇ ਕਾਮ ਕ੍ਰੋਧ ਲੋਭ ਤੇ ਉਪਰੋਂ ਏਡਾ ਬਲੀ ਹੰਕਾਰ ਜਿਹਦੇ ਹਿਰਦੇ ਚ ਵਸਿਆ ਹੋਵੇ। ਇਨਸੋ ਕਰਤਿਓ ਮਿੱਤਰਤਾ, ਇਹਨਾਂ ਨਾਲ ਉਪਰੋਂ ਬੰਦਾ ਫਿਰ ਮਿੱਤਰਤਾ ਪਾ ਲਵੇ, ਦੋਸਤ ਬਣਾ ਲਵੇ ਇਹਨਾਂ ਨੂੰ। ਭਾਏ ਸੰਗਤ ਤੇ ਖੁਆਰ, ਕਹਿੰਦੇ ਇਸ ਕਰਕੇ ਸਾਰੀ ਖੁਆਰੀ ਹੁੰਦੀ ਹੈ। ਇਸ ਸਰੀਰ ਦੀ ਨਗਰੀ ਵਿਚੋਂ ਜਿੰਨੇ ਸ਼ੁਭ ਗੁਣ ਨੇ ਇਹ ਪੰਜੇ ਚੋਰ ਰਲ ਕੇ ਲੁੱਟ ਲੈਂਦੇ ਹਨ ਉਹਨਾਂ ਨੂੰ। ਨੀਤ ਉਜਾਰੇ ਈਸ਼ ਉਜਾਗਰੇ, ਕਹਿੰਦੇ ਨੇ ਬਸ ਰੋਜ਼ ਰੋਜ਼ ਉਜਾੜਾ ਪਾਈ ਜਾਂਦੇ ਪਰ ਤੁਹਾਨੂੰ ਪਤਾ ਕੋਈ ਨੀ ਲੱਗਦਾ ਵੀ ਤੁਹਾਡੇ ਅੰਦਰੋਂ ਇਹ ਸ਼ੁਭ ਗੁਣਾਂ ਨੂੰ ਕਿਵੇਂ ਖਤਮ ਕਰ ਰਹੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਬਿਗਰੋ ਆਪਣੋ ਜਾਣੋ ਨਾਹੀ, ਕਹਿੰਦੇ ਤੁਹਾਡਾ ਆਪਣਾ ਵਿਗਾੜ ਹੋ ਰਿਹਾ ਪਰ ਤੁਹਾਨੂੰ ਕੋਈ ਪਤਾ ਨੀ ਲੱਗਦਾ ਪਿਆ। ਮਿਲਿਓ ਰਹੇ ਪੰਨ ਪੁਨ ਤਿੰਨ ਮਾਹੀ, ਕਹਿੰਦੇ ਮੁੜ ਮੁੜ ਕੇ ਉਹਨਾਂ ਵਿੱਚ ਹੀ ਫਿਰ ਤੁਹਾਡਾ ਮਨ ਫਸਦਾ ਜਿਹੜੀਆਂ ਚੀਜ਼ਾਂ ਤੁਹਾਡਾ ਨੁਕਸਾਨ ਕਰਦੀਆਂ ਪਈਆਂ। ਇੱਥੇ ਸਤਸੰਗ ਜੀ ਸਮਾਂ ਸੰਪੂਰਨ ਹੋ ਗਿਆ, ਕੱਲ ਨੂੰ ਸ਼ਾਮ ਨੂੰ ਇੱਥੋਂ ਹੀ ਫਿਰ ਆਪਾਂ ਕਥਾ ਪ੍ਰਾਰੰਭ ਕਰਾਂਗੇ, ਜਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਬਲਾਸ ਉਸ ਪ੍ਰੋਤ ਨਾਲ ਚੱਲਦੇ ਪਏ ਹਨ, ਇਹ ਆਪਾਂ ਕੱਲ ਨੂੰ ਸਤਸੰਗ ਜੀ ਫਿਰ ਜਾਣ ਸਕਾਂਗੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਗੁਰਮੁਖਾਂ ਨੇ ਕਿਰਪਾ ਕਰਕੇ ਬਖਸ਼ ਦੇਣੀ ਜੀ। ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਰਸ ਭਿੰਨੀ ਆਵਾਜ਼ ਵਿੱਚ ਕੀਰਤਨ ਕਰਨ ਵਾਲੇ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਜੁਝਾਰ ਸਿੰਘ ਜੀ ਸਤਸੰਗ ਜੀ ਇਸ ਵੇਲੇ ਸੰਗਤ ਵਿੱਚ ਨੇ, ਉਹ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੁਣ ਕੇ ਸਾਰਿਆਂ ਨੇ ਲਾਹਾ ਪ੍ਰਾਪਤ ਕਰਨਾ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰਕੇ ਜੀ ਫਿਰ ਪ੍ਰੇਮ ਨਾਲ ਫਤਿਹ ਬੁਲਾ ਕੇ ਅਗਲਾ ਪ੍ਰੋਗਰਾਮ ਸੁਣੋ ਜੀ। ਲੁੱਟ ਹੈ ਮਿਲ ਕਰ ਇਸ ਕੀ ਨਗਰੀ, ਨੀਤ ਉਜਾਰ ਹੈ ਈਸ਼ ਉਜਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।